जस पंजाबी देखने वाले ते पंजाबी मां बोली नूं प्यार करने वाले प्यारे प्यारे पंजाबियों नूं मेरे वालों प्यार भरी सत श्री अकाल। मैं हाजिर हाँ जी जगतार सिंह जग्गी लैके आई दा खास लाइव प्रोग्राम। इस लाइव प्रोग्राम दे विच असी अज दे दिन दसी दे जी तुहानूं मॉर्गेज एडवाइस हुंदी है ते जेंडर मॉर्गेज ग्रुप वालों मोहन सिंह चीमा जी अक्सर साडे नाल ज़्यादातर जुड़दे ने ते बहुत वधिया जानकारी उह सानूं दिंदे ने। तो अज असी प्रोग्राम थोड़ा जिहा वखरा करन दी कोशिश करांगे क्योंकि अज साडे नाल जेंडर टीम दे ही एक बहुत वधिया मैंबर जिहड़े हैगे ने उह साडे नाल जुड़नगे। जेंडर तो जेंडर दे नाल लंबे समय तो कम कर रहे ने और नाल दी नाल मोहन सिंह चीमा जी की देख रेख हेठ काफ़ी जिहड़ा काम उन्होंने किया भी है, बहुत सारे लोगों को घर दवाए ने, लोन का काम भी, तो नाल नाल जानकारी जिहड़ी है वो सानू रीयल अस्टेट की भी देणगे। सो अज इस प्रोग्राम दे विच जेंडर मॉर्गेज ते रीयल अस्टेट वालों जी सरताज सिंह जी साढ़े नाल फोन ते जुड़े ने ते उन्हां नाल आपां गलबात करांगे, उन्हां कोलों जानकारी लवांगे। जी सरताज जी सति श्री अकाल, तुहाडा स्वागत है जी। बहुत वधिया जी, बहुत वधिया। अज मैं कहना जी बड़ा वधिया लग रहा, मोहन सिंह चीमा भाजी ने कहिंदे वी सरताज जी नाल अज गल करनी। मैं कहा जी सरताज जी वैसे भी बंदे बहुत प्यारे ने ते काम भी बड़ा मेहनत दे नाल करदे ने जेंडर दे विच। होर सुनाओ, तुसीं सुनाओ ठीक ठाक जी? ਹਾਂਜੀ ਸਭ ਠੀਕ ਠਾਕ ਜੀ। ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ ਔਨ ਦ ਸ਼ੋਅ। ਸਭ ਤੋਂ ਪਹਿਲਾਂ ਜੀ ਮੈਂ ਦੱਸਣਾ ਚਾਹੁੰਦਾ ਸਾਰੇ, ਮੇਰਾ ਨਾਮ ਹੈ ਜੀ ਸਰਤਾਜ ਸਿੰਘ, ਮੇਰੀ ਐਨੀਮਲਸ ਆਈਡੀ ਹੈਗੀ ਜੀ 2007182 ਜੀ। ਤੇ ਬਿਲਕੁਲ ਜੀ, ਤੇ ਨਾਲ ਦੀ ਨਾਲ ਵੈਸੇ ਆਪਾਂ ਮੌਰਗੇਜ ਦੀ ਵੀ ਗੱਲ ਕਰਾਂਗੇ ਤੇ, ਪਰ ਉਸ ਤੋਂ ਪਹਿਲਾਂ ਜਿਹੜਾ ਜ਼ਿਆਦਾ ਬਾਜ਼ਾਰ ਗਰਮ ਹੈ ਜਿਵੇਂ ਕਹਿੰਦੇ ਹੁੰਦੇ ਮੇਲੇ ਵਾਲਾ ਮਾਹੌਲ ਬੜੀ ਦੇਰ ਤੋਂ ਬਣਿਆ ਹੋਇਆ, ਬਹੁਤ ਸਾਰੇ ਲੋਕਾਂ ਨੂੰ ਇਹ ਕਿਆਸ ਅਰਾਈਆਂ ਸੀਗੀਆਂ ਕਿ ਇਲੈਕਸ਼ਨਾਂ ਤੋਂ ਬਾਅਦ ਜਾਂ ਕਰੋਨਾ ਕਰਕੇ ਤਾਂ ਬਹੁਤ ਡਾਊਨ ਹੋ ਜੂ ਕੰਮ। ਮੈਂ ਘਰਾਂ ਦੀ ਸੇਲ ਪੰਜੇ ਦੀ ਗੱਲ ਕਰਦਾ, ਰੀਅਲ ਅਸਟੇਟ ਦੀ ਗੱਲ ਕਰਦਾ, ਪਰ ਇਹ ਤਾਂ ਕਹਿੰਦੇ ਵੀ ਮੇਲੇ ਵਾਲਾ ਮਾਹੌਲ ਬਣਿਆ ਪਿਆ ਪੂਰਾ ਜੀ, ਅੱਜ ਘਰ ਪਾਓ ਅਤੇ ਨਾਲ ਨਾਲ ਪੈਂਡਿੰਗ ਹੋ ਜਾਂਦਾ, ਅਤੇ ਅੱਜ ਕੱਲ੍ਹ ਕੀ ਮਾਹੌਲ ਹੈ ਜੀ ਰੀਅਲ ਅਸਟੇਟ ਦੀ ਪਹਿਲਾਂ ਗੱਲ ਕਰਦੇ? ਸੋ ਜਿਹੜੀ ਬੜੀ ਮੱਚ ਰੀਅਲ ਅਸਟੇਟ ਦੀ ਮਾਰਕੀਟ, ਜਿੱਦਾਂ ਤੁਸੀਂ ਕਹਿੰਦੇ ਸੀਗੇ ਸਾਰਿਆਂ ਨੂੰ ਲੱਗਦਾ ਸੀਗਾ ਯੂ ਨੋ ਆਫਟਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਬਾਅਦ ਕਿ ਰਿਸੈਸ਼ਨ ਆਊਗਾ ਜਾਂ ਮਾਰਕੀਟ ਡਿੱਗੂਗੀ। ਵੈਲ ਯੂ ਨੋ ਪ੍ਰੀਟੀ ਮੱਚ ਪ੍ਰੈਜ਼ੀਡੈਂਟ ਬਾਈਡਨ ਨੇ ਇੱਦਾਂ ਦਾ ਕੁਛ ਹੋਣ ਨਹੀਂ ਦਿੰਦਾ, ਉਹਨਾਂ ਨੇ ਪ੍ਰੀਟੀ ਮੱਚ ਇਨਫਲੇਸ਼ਨ ਬੜੀ ਸਟਿਮੂਲਸ ਮਾਰਕੀਟ ਦੇ ਹਿਸਾਬ ਨਾਲ, ਮਾਰਕੀਟ ਹੀ ਆਪਣੀ ਇੰਨੀ ਗੁੱਡ ਚੱਲ ਰਹੀ ਹੈ ਐਸ ਵੈਲ ਐਸ ਰੀਅਲ ਅਸਟੇਟ ਦੀ ਮਾਰਕੀਟ ਕਰਕੇ ਕਾਫੀ ਕਹਿ ਲਓ ਕਿ ਹਾਰਡ ਚੱਲਣ ਦੀ ਆ। ਯੂ ਨੋ ਕਦੇ ਵੀ ਕਦੇ ਘਰ ਵਿਕਦਾ ਹੋਵੇ, ਯੂ ਨੋ ਇਟਸ ਪ੍ਰੀਟੀ ਮੱਚ ਗੋਨ ਦ ਨੈਕਸਟ ਇਨ ਦ ਨੈਕਸਟ ਕਪਲ ਆਫ ਡੇਜ਼। ਤੋ ਉਦੋਂ ਦੀ ਘਰਾਂ ਦੀ ਜਿਹੜੀਆਂ ਪ੍ਰਾਈਸਾਂ ਵਾ, ਘਰ ਦੀ ਵੈਲਿਊ ਸੀ ਕਾਫੀ ਤਾਂ ਜਾ ਚੁੱਕੀਆਂ ਨੇ। ਸੋ ਪ੍ਰੀਟੀ ਮੱਚ ਜਿਹੜੀ ਮਾਰਕੀਟ ਹੈ ਇਸ ਲਈ ਇਹ ਹੈ ਕਿ ਘਰ ਨਹੀਂ ਮਿਲ ਰਹੇ, ਰਾਈਟ? ਬਿਕੋਜ਼ ਜਿਹੜੇ ਬਿਲਡਰਸ ਹੈਗੇ ਆ ਪਿੱਛੋਂ ਕੋਵਿਡ ਕਰਕੇ, ਕੋਵਿਡ ਦੀਆਂ ਗਾਈਡਲਾਈਨਸ ਕਰਕੇ ਐਵਰੀਥਿੰਗ ਸਾਰਾ ਕੁਝ ਮਹਿੰਗਾ ਹੋਇਆ ਵਾ। ਬਟ ਯੂ ਨੋ ਪ੍ਰੀਟੀ ਮੱਚ ਬਟ ਦਿਸ ਇਜ਼ ਅ ਵੈਰੀ ਗੁੱਡ ਟਾਈਮ ਟੂ ਬਾਏ ਅ ਹਾਊਸ ਟੂ, ਬਿਕੋਜ਼ ਘਰਾਂ ਦੀਆਂ ਵੈਲਿਊਜ਼ ਗੁੱਡ ਆ, ਇੰਟਰਸਟ ਰੇਟਸ ਯੂ ਨੋ ਆਰ ਆਲ ਟਾਈਮ ਲੋ ਹੈਗੇ ਆ। ਹਿਸਟੋਰੀਕਲੀ ਕਦੀ ਵੀ ਇੰਟਰਸਟ ਰੇਟਸ ਇੱਥੇ ਇੰਨਾ ਥੱਲੇ ਆਏ ਨਹੀਂ ਗੇ। ਸੋ ਇਟ ਪ੍ਰੀਟੀ ਮੱਚ ਇਟਸ ਅ ਗੋਲਡਨ ਟਾਈਮ ਕਹਿ ਲਓ ਜੀ। ਅੱਛਾ, ਜਿਹੜਾ ਅਸੀਂ ਦੇਖਣ ਦੇ ਵਿੱਚ ਮਾਹੌਲ ਆ, ਮੈਨੂੰ ਵੀ ਤੁਸੀਂ ਘਰ ਦਵਾਇਆ, ਤੁਹਾਨੂੰ ਪਤਾ ਹੋਏਗਾ ਜੈਂਡਰ ਮੌਰਗੇਜ ਵੱਲੋਂ ਮੈਨੂੰ ਵੀ ਲੋਨ ਕਰਵਾਇਆ ਗਿਆ ਪਿਛਲੇ ਸਮੇਂ ਦੇ ਵਿੱਚ। ਅਤੇ ਅਸੀਂ ਹਾਂ ਅਗਰ ਗੱਲ ਕਰੀਏ ਤਾਂ ਜਿਹੜੀਆਂ ਅਜੇ ਵੀ ਔਫਰਸ ਹੈਗੀਆਂ ਆ ਘਰ ਦੀਆਂ, ਅਤੇ ਉਹ ਵੱਧ ਕੇ ਆਉਂਦੀਆਂ ਨੇ ਇੱਕ ਇੱਕ ਘਰ ਦੀਆਂ, ਮੇਰੇ ਖਿਆਲ ਕਈ ਵਾਰੀ ਤਾਂ 10-10, 12-12 ਔਫਰ ਆਉਂਦੀਆਂ ਨੇ, ਅਤੇ ਪ੍ਰਾਈਸ ਲਿਸਟ ਤੋਂ ਕਿਤੇ ਉੱਪਰ ਜ਼ਿਆਦਾ ਔਫਰ ਆਉਂਦੀ ਹੈ, ਇਹ ਅਜੇ ਵੀ ਮਾਹੌਲ ਇਹ ਚੱਲ ਰਿਹਾ ਜਾਂ ਕੋਈ ਘਟਿਆ? ਸੋ ਇਹ ਮਾਹੌਲ ਜਿਹੜਾ ਹਜੇ ਵੀ ਜਾਰੀ ਆ। ਪ੍ਰੀਟੀ ਮੱਚ ਜਦੋਂ ਵੀ ਰੀਅਲ ਅਸਟੇਟ ਏਜੰਸੀ ਨੂੰ ਅਸੀਂ ਲੋਨ ਕਰਦੇ ਹਾਂ, ਉਹ ਹਮੇਸ਼ਾ ਪਹਿਲਾਂ ਹੀ ਸਾਨੂੰ ਕਹਿ ਦਿੰਦੇ ਕਿ ਅਸੀਂ ਇੰਨੀ ਆਫਰ ਦੇਣੀ ਹੈ, ਯੂ ਨੋ ਘਰ ਦੀ ਵੈਲਿਊ ਦੇ ਹਿਸਾਬ ਦੇ ਨਾਲ ਉਹ ਆਫਰ ਹਮੇਸ਼ਾ ਹਮੇਸ਼ਾ ਹਲੇ ਹਾਇਰ ਆਫਰ ਹੀ ਭਰੀ ਜਾਣ ਦੀ ਆ। ਸੋ ਯੂ ਨੋ ਹਲੇ ਵੀ ਉਹੀ ਪ੍ਰੀਟੀ ਮੱਚ ਮਾਰਕੀਟ ਉਦਾਂ ਦੀ ਆ, ਐਵਰੀਥਿੰਗ ਇਜ਼ ਇਨ ਅ ਮਾਰਕਅਪ, ਕਿ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਜਿੱਥੇ ਪ੍ਰੀਟੀ ਮੱਚ ਥੋੜ੍ਹਾ ਬਹੁਤਾ ਵੱਧ ਹੀ ਆਫਰਾਂ ਭਰੀਆਂ ਜਾ ਰਹੀਆਂ ਅਤੇ ਆਫਰਾਂ ਆਉਣ ਵੀ ਬਹੁਤ ਆ ਰਹੀਆਂ ਜੀ। ਅਤੇ ਅੱਛਾ, ਕਈ ਵਾਰੀ ਤਾਂ ਜੀ ਜਿਹੜੇ ਨਾ ਰੀਅਲ ਅਸਟੇਟ ਵਾਲੇ ਹੁਣ ਮੇਰੇ ਵਰਗੇ ਨੇ ਘਰ ਕਿਸੇ ਨਾ ਵੀ ਵੇਚਣਾ ਹੋਵੇ ਤਾਂ ਉਹਨੂੰ ਕਹਿ ਕੇ ਵੀ ਭਾਈ ਤੇਰੇ ਇਲਾਕੇ 'ਚ ਕੋਈ ਬੰਦਾ ਘਰ ਮੰਗਦਾ ਅਤੇ ਤੈਨੂੰ ਬਹੁਤ ਫਾਇਦਾ ਹੋ ਜਾਣਾ, ਅਤੇ ਉਹ ਜਿਹਨਾਂ ਨਹੀਂ ਵੇਚਣ ਦਾ ਮੂਡ ਉਹਨਾਂ ਦਾ ਮੂਡ ਬਣਾ ਦਿੰਦੇ ਨੇ ਵੇਚਣ ਦਾ, ਅੱਜ ਕੱਲ੍ਹ ਇੰਨਾ ਹਾਈ ਹੈਗਾ ਰੇਟ। ਅਤੇ ਹਾਂਜੀ ਹਾਂਜੀ, ਇੰਨੀ ਮਾਰਕੀਟ ਇੰਨੀ ਹਾਈ ਹੈ ਤਾਂ ਉਹਨਾਂ ਦਾ ਵੀ ਕੀ ਕਰਨਾ ਪੈਂਦਾ, ਚਲੋ ਆਪਾਂ ਵੀ ਦੇਖ ਲੈਂਦੇ ਹਾਂ। ਹਾਂਜੀ, ਅੱਛਾ ਸਰਦਾਰ ਜੀ, ਇੱਕ ਤਾਂ ਇਹਦਾ ਕਾਰਨ ਅਸੀਂ ਇਹ ਸਮਝਦੇ ਹਾਂ ਵੀ ਚਲੋ ਇਹਦੀ ਕੋਵਿਡ ਕਰਕੇ ਨਵੇਂ ਘਰ ਨਹੀਂ ਬਣ ਰਹੇ ਜਾਂ ਇਸ ਕਰਕੇ, ਅਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਇੰਟਰਸਟ ਰੇਟ ਉਹ ਬਹੁਤ ਘੱਟ ਰਹੇ ਇਤਿਹਾਸ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਵੀ ਇੰਨੇ ਘੱਟ ਰੇਟ ਹੋਏ ਨਹੀਂ, ਇਹ ਸਭ ਤੋਂ ਵੱਡਾ ਕਾਰਨ ਲੱਗਦਾ ਤੁਹਾਨੂੰ ਘਰਾਂ ਦੀ ਮਾਰਕੀਟ ਇੰਨੀ ਅੱਪ ਜਾਣ ਦਾ? ਜੀ ਬਿਲਕੁਲ, ਬਿਕੋਜ਼ ਜੇ ਆਪਾਂ ਪਹਿਲਾਂ ਦੇਖੀਏ, ਜੇ ਆਪਾਂ ਆਪਣਾ ਪਾਸਟ ਟਾਈਮ ਹੀ ਕਹਿ ਲਓ, ਪਾਸਟ ਟਾਈਮ ਜਿਹੜੇ ਹੁਣ ਰੇਟ ਚੱਲਦੇ ਇਹ ਨੋਰਮਲ ਰੇਟ ਨਹੀਂ ਹੁੰਦੇ ਸੀਗੇ ਜੀ, ਰਾਈਟ? ਉਦੋਂ ਜਿਹੜਾ ਰੇਟ ਉਦੋਂ ਚੱਲਦੇ ਸੀਗੇ ਉਹੀ ਰੇਟ ਹੁੰਦੇ, ਹੁਣ ਜਿਹੜੇ ਰੇਟ ਚੱਲ ਰਹੇ ਨੇ
ਇਦਾਂ ਦੇ ਰੇਟਸ ਪ੍ਰੀਟੀ ਮੱਚ ਕਹਿ ਲਓ ਕਿ ਮੇ ਬੀ ਬੈਕ ਇਨ ਜਦੋਂ ਕ੍ਰੈਸ਼ ਹੋਇਆ ਸੀਗਾ ਸ਼ਾਇਦ ਉਦੋਂ ਇਦਾਂ ਦੇ ਰੇਟਸ ਹੋਣਗੇ, ਹਾਂਜੀ, ਪਰ ਜੋ ਇਸ ਵੇਲੇ ਹੁਣ ਚੱਲ ਰਿਹਾ ਪ੍ਰੀਟੀ ਮੱਚ ਵਿਦ ਦਿਸ ਕੋਵਿਡ ਟਾਈਮਸ ਕਰਕੇ ਪ੍ਰੀਟੀ ਮੱਚ ਸਰਕਾਰ ਨੇ ਵੀ ਅਨਾਊਂਸ ਕੀਤਾ ਹੈ ਕਿ ਜਿਹੜੇ ਰੇਟਸ ਹੈ ਨਾ ਰੇਟਸ ਵੀ ਹੁਣ ਹੀ ਇੱਦਾਂ ਰਹੇਗੇ। ਸੋ ਮੋਸਟ ਲਾਈਕਲੀ ਜਿਹੜਾ ਕਾਰਨ ਇਹ ਹੈ ਕਿ ਘਰਾਂ ਦੀ ਮਾਰਕੀਟ ਇੰਨੀ ਹਾਈ ਇੰਨੀ ਤੇਜ਼ ਹੈ ਤਾਂ ਕਰਕੇ ਬਿਕਸ ਇੰਟਰਸਟ ਰੇਟਸ ਇੰਨੇ ਲੋ ਨੇ, ਇਹਦੇ ਵਿੱਚ ਸਾਰਿਆਂ ਨੂੰ ਸਿਰਫ ਫਾਇਦਾ ਹੀ ਹੋ ਰਿਹਾ ਵਾ। ਜੀ ਬਿਲਕੁਲ, ਸੋ ਬੈਸਟ ਟਾਈਮ ਹੈਗਾ ਜੀ ਵੇਚਣ ਵਾਲਿਆਂ ਵਾਸਤੇ ਵੀ ਅਤੇ ਖਰੀਦਣ ਵਾਲਿਆਂ ਵਾਸਤੇ, ਵੇਚਣ ਵਾਲਿਆਂ ਵਾਸਤੇ ਇਸ ਕਰਕੇ ਕਿ ਰੇਟ ਬਹੁਤ ਜ਼ਿਆਦਾ ਮਿਲ ਰਹੇ ਨੇ ਅਤੇ ਖਰੀਦਣ ਵਾਲਿਆਂ ਵਾਸਤੇ ਇਸ ਕਰਕੇ ਬੇਸ਼ੱਕ ਰੇਟ ਜ਼ਿਆਦਾ ਨੇ ਅਤੇ ਉਹੀ ਇੰਟਰਸਟ ਰੇਟ ਇੰਨੇ ਘੱਟ ਨੇ ਕਿ ਗੱਲ ਉੱਥੇ ਹੀ ਆ ਜਾਂਦੀ ਹੈ, ਗੱਲ ਉੱਥੇ ਹੀ ਆ ਜਾਂਦੀ। ਹਾਂਜੀ ਬਿਲਕੁਲ। ਅਤੇ ਅੱਛਾ, ਇੱਕ ਰੀਅਲ ਸਟੇਟ ਬਾਰੇ ਇਹ ਆਖਰੀ ਸਾਹਿਬ, ਤੁਹਾਡੀ ਜ਼ੈਂਡਰ ਦੀ ਜਿਹੜੀ ਟੀਮ ਹੈ ਰੀਅਲ ਸਟੇਟ ਦੀ, ਤੋਂ ਪੂਰੇ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਕਿਹੜੀ ਕਿਹੜੀ ਸਟੇਟ ਦੇ ਵਿੱਚ ਕਿੱਥੇ ਕਿੱਥੇ ਉਹ ਰੀਅਲ ਸਟੇਟ ਦੇ ਵਿੱਚ ਮਦਦ ਕਰ ਸਕਦੇ ਆ ਘਰ ਲੈਣ ਦੇ ਵਿੱਚ ਜਾਂ ਵੇਚਣ ਵਿੱਚ? ਹਾਂਜੀ, ਸੋ ਫਿਲਹਾਲ ਜੀ ਪ੍ਰੀਟੀ ਮੱਚ ਜਿਹੜੀ ਆਪਣੀ ਜ਼ੈਂਡਰ ਦੀ ਕੰਪਨੀ ਆ, ਯੂ ਨੋ ਰੀਅਲ ਸਟੇਟ ਦੇ ਸਾਈਡ 'ਤੇ ਅਸੀਂ ਜਿੱਥੇ ਵੀ ਕੈਲੀਫੋਰਨੀਆ ਤੁਹਾਨੂੰ ਸੇਵਾ ਚਾਹੀਦੀ ਅਸੀਂ ਸੇਵਾਵਾਂ ਪ੍ਰੀਟੀ ਮੱਚ ਆਫਰ ਕਰ ਰਹੇ ਹਾਂ। ਵੀ ਆਰ ਲੁਕਿੰਗ ਟੂ ਮੂਵ ਫੋਰਵਰਡ ਟੂ ਜਿਵੇਂ ਵਾਸ਼ਿੰਗਟਨ ਦੀ ਸਟੇਟ 'ਚ ਅਸੀਂ ਲੁੱਕ ਕਰ ਰਹੇ ਹਾਂ ਕਿ ਉੱਧਰ ਨੂੰ ਵੀ ਅਸੀਂ ਪ੍ਰੀਟੀ ਮੱਚ ਬਿਜ਼ਨਸ ਆਪਣਾ ਸ਼ੁਰੂ ਕਰੀਏ, ਉੱਧਰ ਨੂੰ ਵੀ ਆਪਾਂ ਐਕਸਪੈਂਡ ਕਰੀਏ। ਪਰ ਰਾਈਟ ਨਾਓ ਜਿਹੜੀ ਰੀਅਲ ਸਟੇਟ ਏਜੰਟ ਸਾਡੀ ਕੰਪਨੀ ਦੇ ਹੈਗੇ ਆ, ਪ੍ਰੀਟੀ ਮੱਚ ਪੂਰੀ ਹੈਲਪ ਕਰਨਗੇ ਤੁਹਾਨੂੰ ਜੇ ਤੁਸੀਂ ਕੈਲੀਫੋਰਨੀਆ ਦੀ ਸਟੇਟ ਵਿੱਚ ਘਰ ਲੈਣਾ ਹੋਵੇ ਤਾਂ, ਜੇ ਵੇਚਣਾ ਵੀ ਹੋਵੇ ਜਾਂ ਲੈਣਾ ਵੀ ਹੋਵੇ। ਵਾਹ ਜੀ ਵਾਹ, ਬਹੁਤ ਵਧੀਆ। ਅਤੇ ਨਾਲ ਦੀ ਨਾਲ ਹੁਣ ਅਸੀਂ ਰੀਫਾਈਨੈਂਸ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ, ਨਵੇਂ ਘਰਾਂ ਦੀ ਫਾਈਨੈਂਸ ਦੀ ਗੱਲ ਫਿਰ ਬਾਅਦ 'ਚ ਕਰਦੇ ਹਾਂ। ਰੀਫਾਈਨੈਂਸ ਦੀ ਕੀ ਪੋਜੀਸ਼ਨ ਆ ਜੀ, ਕੀ ਲੱਗਦਾ ਕਿ ਲੋਕਾਂ ਨੇ ਤਕਰੀਬਨ ਕਰਾ ਲਏ ਜਾਂ ਹਜੇ ਕਰਵਾ ਰਹੇ ਨੇ ਜਾਂ ਹਜੇ ਕਰਵਾਉਣਗੇ? ਸੋ ਰੀਫਾਈਨੈਂਸ ਜੀ ਇਹਦੇ ਵਿੱਚ, ਦੈਟਸ ਅ ਵੈਰੀ ਗੁੱਡ ਕੁਐਸਚਨ। ਸੋ ਜਿਹੜੇ ਹੁਣ ਪ੍ਰੀ ਮੱਚ ਪ੍ਰੀ ਐਗਜ਼ਿਸਟਿੰਗ ਹੋਮ ਦੀ ਰੀਫਾਈਨੈਂਸਿਸ ਆ, ਮੈਨੂੰ ਤਾਂ ਇੱਦਾਂ ਲੱਗਦਾ ਜੀ ਕਿ ਹਲੇ ਲੋਕ ਵੇਟ ਕਰ ਰਹੇ ਨੇ ਰੀਫਾਈਨੈਂਸ ਕਰਨ। ਦੈਟਸ ਵਾਟ ਆਈ ਥਿੰਕ ਦ ਰੀਜ਼ਨ ਬੀਇੰਗ ਇਜ਼ ਕਿਉਂਕਿ ਕਈਆਂ ਨੇ ਤਾਂ ਯੂ ਨੋ ਸੁਨਹਿਰੀ ਮੌਕਾ ਦੇਖ ਕੇ ਰੀਫਾਈਨੈਂਸ ਕਰਾ ਲਏ, ਪਰ ਯੂ ਨੋ ਕਈ ਲੋਕ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਲੋਕ ਵੇਟ ਕਰ ਰਹੇ ਨੇ ਕਿ ਸ਼ਾਇਦ ਰਿਸੈਸ਼ਨ ਆਊਗਾ, ਮਾਰਕੀਟ ਕ੍ਰੈਸ਼ ਹੋਊਗੀ ਅਤੇ ਸ਼ਾਇਦ ਰੇਟ ਹੋਰ ਵੀ ਥੱਲੇ ਡਿੱਗਣਗੇ ਜੀ। ਪਰ ਜਿੱਥੋਂ ਤੱਕ ਰੇਟ ਆਲਰੇਡੀ ਆ ਚੁੱਕੇ ਆ, ਇੱਥੋਂ ਗਾਂ ਯੂ ਨੋ ਪ੍ਰੀਟੀ ਮੱਚ ਇਹ ਤਾਂ ਕਹਿ ਲਓ ਕਿ ਸੱਚੀ ਰਿਸੈਸ਼ਨ ਹੀ ਆਊਗਾ ਜੇ ਉਹ ਹੋਰ ਇਹ ਤੋਂ ਥੱਲੇ ਰੇਟ ਡਿੱਗ ਗਏ ਤਾਂ, ਬਿਕਾਜ਼ ਦਿਸ ਇਜ਼ ਅ ਵੈਰੀ ਗੋਲਡਨ ਟਾਈਮ ਟੂ ਰੀਫਾਈਨੈਂਸ ਕਰਨ ਲਈ। ਬਿਲਕੁਲ ਜੀ ਬਿਲਕੁਲ। ਯੂ ਨੋ ਸੋ ਮੈਂ ਹਮੇਸ਼ਾ ਯੂ ਨੋ ਆਈ ਰਿਕੁਐਸਟ ਕਿ ਮੇਰੇ ਵੀਰਾਂ ਨੂੰ ਯੂ ਨੋ ਸਾਰਿਆਂ ਨੂੰ ਪ੍ਰੀਟੀ ਮੱਚ ਕਿ ਜੇ ਤੁਸੀਂ ਹਲੇ ਰੀਫਾਈਨੈਂਸ ਨਹੀਂ ਕੀਤਾ ਘਰ ਤੇ ਰੀਫਾਈਨੈਂਸ ਕਰ ਦੇਖਣਾ ਚਾਹੁੰਦੇ, ਕਿਉਂਕਿ ਜਿਹੜੀ ਮਾਰਕੀਟ ਹੈ ਇਸ ਵੇਲੇ 15-year ਮਾਰਕੀਟ ਇਜ਼ ਅ ਵੈਰੀ ਸਟਰੋਂਗ ਮਾਰਕੀਟ ਭਾਜੀ। 15-year ਜੇ ਤੁਸੀਂ ਹਲੇ ਘਰ ਰੀਫਾਈਨੈਂਸ ਕਰਨਾ, ਤੁਹਾਡੀ 30 years ਦੀ 25-20 ਸਾਲਾਂ ਦੀ ਆ, ਤੁਸੀਂ ਆਪਣੇ ਸਾਲ ਘਟਾ ਕੇ ਵਿਆਜ ਯੂ ਨੋ ਇੰਟਰਸਟ ਰੇਟ ਤੁਸੀਂ ਬਚਾ ਸਕਦੇ ਹੋ ਜੀ। ਸੋ ਇਸ ਹਾਂਜੀ, ਅਤੇ ਸਰਤਾਜ ਜੀ ਜਿਹਨਾਂ ਲੋਕਾਂ ਨੇ ਕਈਆਂ ਨੇ ਜਿਹੜੀ ਤਨਖਾਹ ਰੋਕ ਕੇ ਅਤੇ ਘਰਾਂ ਦੀਆਂ ਪੇਮੈਂਟਾਂ ਰੋਕ ਦਿੱਤੀਆਂ ਹੋਣਗੀਆਂ ਸੀਗੀਆਂ ਜਾਂ ਹੋਣਗੀਆਂ, ਉਹਨਾਂ ਨੂੰ ਕੀ ਕਰਨਾ ਚਾਹੀਦਾ ਅਗਰ ਉਹ ਰੀਫਾਈਨੈਂਸ ਕਰਵਾਉਣਾ ਚਾਹੁਣ ਤਾਂ ਉਹਨਾਂ ਵਾਸਤੇ ਕੀ ਪੁਆਇੰਟ ਹੈਗੇ ਨੇ? ਸੋ ਜਿਹਨਾਂ ਨੇ ਪ੍ਰੀ ਮੱਚ ਯੂ ਨੋ ਕੋਵਿਡ ਕਰਕੇ ਫੋਰਬੇਰੈਂਸਿਸ ਵਿੱਚ ਆਪਣੇ ਘਰ ਲਾ ਦਿੱਤੇ ਕਿ ਪ੍ਰੀ ਮੱਚ ਕਿ ਪੇਮੈਂਟ ਆਪਾਂ ਬਾਅਦ ਦੇ ਦੇਵਾਂਗੇ, ਹਾਂਜੀ, ਇਹਦੇ ਵਿੱਚ ਇੱਦਾਂ ਹੈ ਕਿ ਬੈਂਕ ਜਦੋਂ ਵੀ ਆਪਾਂ ਰੀਫਾਈਨੈਂਸ ਕਰਨਾ ਚਾਹੁੰਦੀ, ਉਹਨਾਂ ਨੇ ਇੱਕ ਸਾਲ ਦਾ ਕਹਿ ਲਓ ਕਿ ਨਵਾਂ ਲੋਨ ਦੇਣਾ ਆਪਾਂ ਨੂੰ, ਰਾਈਟ? ਇੱਕ ਸਾਲ ਦਾ ਤੁਸੀਂ ਘਰ ਹੀ ਖਰੀਦ ਰਹੇ ਹੋ ਰੀਫਾਈਨੈਂਸ ਵਿੱਚ, ਬਸ ਫਰਕ ਇਹਨਾਂ ਕਿ ਤੁਸੀਂ ਆਲਰੇਡੀ ਘਰ ਦੇ ਵਿੱਚ ਬੈਠੇ। ਸੋ ਤੁਸੀਂ ਇਹ ਸੋਚੋ ਕਿ ਇੱਕ ਸਾਲ ਦੇ ਨਾਲ ਨਵਾਂ ਘਰ ਤੁਸੀਂ ਲੈਣਾ ਤੇ ਬੈਂਕ ਨੇ ਤੁਹਾਨੂੰ ਲੋਨ ਤਾਂ ਹੀ ਦੇਣਾ ਜੇ ਤੁਸੀਂ ਪੇਮੈਂਟਾਂ ਔਨ ਟਾਈਮ ਦੇ ਰਹੇ ਹੋ। ਮਤਲਬ ਕਿ ਬੈਂਕ ਨੇ ਇਹ ਚੀਜ਼ ਦੇਖਣੀ ਹੈ ਕਿ ਜੇ ਅਸੀਂ ਕੱਲ੍ਹ ਨੂੰ ਜੇ ਅਸੀਂ ਲੋਨ ਦੇਣਾ ਹੋਵੇ, ਅਸੀਂ ਮੇਕ ਸ਼ੋਰ ਕਰਨਾ ਕਿ ਜਿਹੜੇ ਸਾਡੇ ਕਲਾਇੰਟ ਨੇ ਉਹਨਾਂ ਔਨ ਟਾਈਮ ਪੇਮੈਂਟ ਦੇ ਪਾਉਣਗੇ। ਸੋ ਜਿਹੜੀ ਗਾਈਡਲਾਈਨ ਬੈਂਕ ਨੇ ਸ਼ੁਰੂ ਕੀਤੀ ਆ, ਜੇ ਤਾਂ ਤੁਸੀਂ ਆਪਣਾ ਘਰ ਫੋਰਬੇਰੈਂਸ ਵਿੱਚ ਰੱਖਿਆ ਵਾ, ਬੈਂਕ ਇਹ ਚਾਹੁੰਦੀ ਆ ਕਿ ਤੁਸੀਂ ਯੂ ਨੋ ਪ੍ਰੀ ਮੱਚ ਆਪਣੀ, ਜਾਂ ਤਾਂ ਤੁਸੀਂ ਹੁਣ ਦੋ ਚੀਜ਼ਾਂ ਹੋ ਰਹੀਆਂ, ਜਾਂ ਤਾਂ ਕਈ ਕਲਾਇੰਟ ਜਿਹੜੇ ਨੇ ਕਿ ਆਪਣੀ ਜਿਹੜੀ ਅਮਾਊਂਟ ਡੂ ਸੀਗੀ ਉਹ ਪੇ ਕਰਕੇ ਫਿਰ ਬੈਂਕ ਮੰਗਦੀ ਹੈ ਕਿ 3 months ਜਿਹੜੀ ਔਨ ਟਾਈਮ ਆ ਤੁਸੀਂ ਉਹ ਫਿਰ ਪੇਮੈਂਟਾਂ ਦਿਓ, ਤੇ ਫਿਰ ਬੈਂਕ ਤੁਹਾਡੀ ਪ੍ਰੀ ਮੱਚ ਫਾਈਲ ਨੂੰ ਐਕਸੈਪਟ ਕਰੂ ਜੀ। ਤੇ ਜਾਂ ਫਿਰ ਦੂਜੀ ਗੱਲ ਇਹ ਆ ਕਿ ਜਾਂ ਤੁਸੀਂ ਫਿਰ ਆਪਣੇ ਉਹ ਲੋਨ ਦੇ ਵਿੱਚ ਉਹ ਫੋਰਬੇਰੈਂਸ ਦੀ ਅਮਾਊਂਟ ਪਾ ਲਓ, ਯੂ ਨੋ ਵਿਚ ਇਜ਼ ਮੋਸਟ ਲਾਈਕਲੀ ਇਨ ਮੋਸਟ ਕੇਸਿਸ। ਮੈਂ ਇਹੀ ਦੇਖਿਆ ਆ ਕਿ ਜਿਹੜੇ ਯੂ ਨੋ ਕਲਾਇੰਟਸ ਹੈਗੇ ਨੇ ਉਹ ਪ੍ਰੀ ਮੱਚ ਆਪਣੇ ਲੋਨ ਦੇ ਵਿੱਚ ਹੀ ਬੈਲੈਂਸ ਨੂੰ ਐਡ ਕਰਾ ਕੇ ਫਿਰ ਯੂ ਨੋ 3 months ਔਨ ਟਾਈਮ ਯੂ ਨੋ ਪ੍ਰੀ ਮੱਚ ਬੈਂਕ ਹਮੇਸ਼ਾ ਉਹਨਾਂ ਦੀ ਗਾਈਡਲਾਈਨ ਇਹ ਹੈ ਕਿ 3 months ਔਨ ਟਾਈਮ ਸਾਨੂੰ ਪੇਮੈਂਟ ਚਾਹੀਦੀ ਹੀ ਚਾਹੀਦੀ ਜੀ। ਇਹਦਾ ਮਤਲਬ ਜਿਨ੍ਹਾਂ ਨੇ ਅਨਇੰਪਲਾਇਮੈਂਟ ਵਗੈਰਾ ਕੋਈ ਲੈ ਰਹੇ ਨੇ ਤੇ ਉਹਨਾਂ ਉਹ ਐਲੀਜੀਬਲ ਨਹੀਂ ਹੈਗੇ? ਨਹੀਂ ਜੀ। ਸੋ ਜੇ ਤੁਸੀਂ ਅਨਇੰਪਲਾਇਮੈਂਟ ਲੈ ਰਹੇ ਹੋ ਤੇ ਯੂ ਨੋ ਖਾਸ ਕਰਕੇ ਮੇਰੇ ਜਿਹੜੇ ਸਭ ਤੋਂ ਇੰਪੋਰਟ ਵੀਰ ਹੈਗੇ ਆ, ਯੂ ਨੋ ਜੇ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਕੋਵਿਡ ਕਰਕੇ, ਬਿਕਾਜ਼ ਉਹ ਯੂ ਨੋ ਪ੍ਰੀ ਮੱਚ ਕਹਿੰਦੇ ਕਿ ਅਸੀਂ ਅਨਇੰਪਲਾਇਮੈਂਟ ਲੈ ਲੈਂਦੇ ਹਾਂ, ਉਹਨਾਂ ਲਈ ਕਾਫੀ ਮੁਸ਼ਕਲ ਆ ਕਹਿ ਲਓ ਲੋਨ ਲੈਣਾ। ਦ ਰੀਜ਼ਨ ਬੀਇੰਗ ਇਜ਼ ਕਿਉਂਕਿ ਬੈਂਕ ਜਿਹੜੀ ਉਹਨਾਂ ਨੇ ਕੋਵਿਡ ਕਰਕੇ ਨਾ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਦਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜੀ। ਸੋ ਵਿਦ ਦੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਉਹ ਇਹ ਦੇਖਣਾ ਚਾਹੁੰਦੇ ਆ ਕਿ ਆਪਣਾ ਜਿਹੜਾ ਬਿਜ਼ਨਸ ਹੈ ਵਧੀਆ ਚੱਲ ਰਿਹਾ, ਡਿਪੋਜ਼ਿਟ ਆ ਰਹੇ ਆ ਕਿ ਨਹੀਂ ਜੀ। ਸੋ ਜੇ ਤੁਸੀਂ ਯੂ ਨੋ ਕੰਮ ਨਹੀਂ ਕਰ ਰਹੇ ਉਹਦੇ ਨਾਲ ਬੈਂਕ
ਬਿਲਕੁਲ ਸਹੀ ਗੱਲ ਹੈ ਇਹ, ਕਿਉਂਕਿ ਬੈਂਕਾਂ ਦੇ ਕੰਮ ਪਤਾ ਹੀ ਹੈ, ਮੈਂ ਵਿਚਰਿਆ ਤੁਹਾਡੇ ਥਰੂ, ਹੁਣ ਮੇਰਾ ਕਾਫੀ ਵਾਹ ਵਾਸਤਾ ਰਿਹਾ। ਅਤੇ ਜਿਵੇਂ ਕਹਿੰਦੇ ਵੀ ਜਿਹੜਾ ਮਰੀਜ਼ ਜ਼ਿਆਦਾ ਰਿਹਾ ਹੋਵੇ, ਜ਼ਿਆਦਾ ਦੇਰ ਮਰੀਜ਼ ਰਿਹਾ ਹੋਵੇ, ਅੱਧਾ ਡਾਕਟਰ ਆਪ ਬਣ ਜਾਂਦਾ। ਹੁਣ ਥੋੜ੍ਹੀ ਬਹੁਤ ਮੈਂ ਵੀ ਦੱਸਦਾ ਵੀ ਆਪੇ ਪੇਪਰਾਂ ਪੂਪਰਾਂ ਦਾ ਧਿਆਨ ਰੱਖ ਕੇ ਅਤੇ ਕੰਮ ਹੋ ਰਹੇ ਨੇ ਸਾਰੇ ਹੀ, ਬਹੁਤ ਵਧੀਆ ਤਰੀਕੇ ਨਾਲ ਹੋ ਰਹੇ ਨੇ। ਖਾਸ ਤੌਰ 'ਤੇ ਜ਼ੈਂਡਰ ਦੀ ਗੱਲ ਕਰੀਏ ਤਾਂ ਜ਼ੈਂਡਰ ਦਾ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਹੈ, ਸਰਤਾਜ ਜੀ ਤੁਹਾਡੇ ਸਟਾਫ ਨਾਲ ਵੀ ਸਾਰੇ ਉੱਥੇ ਮਿਲਦੇ ਰਹੇ, ਜਾ ਕੇ ਆਉਂਦੇ ਰਹੇ, ਸ਼ੂਟਿੰਗ ਵੀ ਕਰਦੇ ਰਹੇ ਹਾਂ, ਅਤੇ ਜ਼ੈਂਡਰ ਦਾ ਕੰਮ ਕਰਨ ਦਾ ਤਰੀਕਾ ਟੀਮ ਦਾ ਸਾਰੀ ਦਾ ਬਿਲਕੁਲ ਵੱਖਰਾ ਹੈ। ਜਿਵੇਂ ਮੂਨ ਚੀਮਾ ਜੀ ਦੀ ਟੀਮ ਜਿਹੜੀ ਹੈਗੀ ਹੈ, ਮੂਨ ਚੀਮਾ ਜੀ ਜਿੱਥੇ ਉਹਦੇ ਵਧਾਈ ਦੇ ਹੱਕਦਾਰ ਨੇ, ਤੁਸੀਂ ਸਾਰੀ ਟੀਮ ਵੀ ਵਧਾਈ ਦੇ ਹੱਕਦਾਰ ਹੋ। ਕਿਉਂਕਿ ਮੈਂ ਇੱਕ ਚੀਜ਼ ਜਿਹੜੀ ਖਾਸ ਮੈਨੂੰ ਜ਼ੈਂਡਰ ਦੀ ਲੱਗੀ, ਮੈਂ ਸਾਰਿਆਂ ਨੂੰ ਵੀ ਦੱਸਦਾ ਹੁੰਦਾ ਕਿ ਫੋਨ ਕਰਨ ਤੋਂ ਪਹਿਲਾਂ ਹੀ ਜਿਹੜਾ ਵੀ ਕਲਾਇੰਟ ਹੈਗਾ ਤੁਹਾਡਾ, ਮੈਂ ਮੰਨ ਲਓ ਲੋਨ ਕਰਾਉਣਾ ਹੈ, ਪੇਪਰ ਉੱਪਰ ਦਿੱਤੇ ਆ, ਅਤੇ ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਤੁਹਾਡੇ ਆਫਿਸ 'ਚੋਂ ਫੋਨ ਆ ਜਾਂਦਾ ਸੀਗਾ ਵੀ ਤੁਹਾਡੀ ਅਪਡੇਟ ਆਇਆ। ਆਮ ਬੰਦਾ ਫੋਨ ਕਰ ਕਰਕੇ ਹੀ ਪਾਗਲ ਹੋ ਜਾਂਦਾ ਜੀ, ਕੀ ਬਣਿਆ ਮੇਰਾ, ਕੀ ਬਣਿਆ ਮੇਰਾ। ਸੋ ਬਹੁਤ ਵਧੀਆ ਟੀਮ ਤੁਹਾਡੀ ਹੈਗੀ ਆ, ਕੰਮ ਕਰਨ ਦਾ ਬਿਲਕੁਲ ਵੱਖਰਾ ਤਰੀਕਾ ਹੈਗਾ। ਅੱਛਾ, ਇੱਕ ਕਦੋਂ ਕੁ ਬੰਦੇ ਨੂੰ ਸੋਚ ਲੈਣਾ ਚਾਹੀਦਾ ਕਿੰਨਾ ਕੁ ਵਿਆਜ ਹੋਵੇ ਅਤੇ ਕਿੰਨਾ ਕੁ ਲੋਨ ਰਹਿੰਦਾ ਹੋਵੇ? ਸਾਨੂੰ ਇੱਕ ਸਵਾਲ ਪਹਿਲਾਂ ਪੁੱਛਿਆ ਸੀ ਵੈਸੇ ਮੈਂ, ਕਿ ਕਿਸੇ ਦਾ 3.75 ਹੈਗਾ ਲੋਨ, 3.75 ਅਤੇ ਲੋਨ ਰਹਿੰਦਾ ਹੈਗਾ 2,95,000, ਅਤੇ ਉਹਨਾਂ ਨੂੰ ਕਰਾ ਲੈਣਾ ਚਾਹੀਦਾ ਰੀਫਾਈਨੈਂਸ, ਜਾਂ ਮਤਲਬ ਕੀ ਕਰਨਾ ਚਾਹੀਦਾ? ਕਿੰਨੇ ਕੁ ਤੱਕ ਲੋਨ ਹੋ, ਇੰਟਰਸਟ ਰੇਟ ਵੱਧ ਤੋਂ ਵੱਧ ਹੋਵੇ, ਜਾਂ ਲੋਨ ਕਿੰਨੇ ਕੁ ਤੱਕ ਕਿੰਨੇ ਦਾ ਰਹਿੰਦਾ ਹੋਵੇ ਬੈਲੈਂਸ, ਅਤੇ ਉਹਨਾਂ ਨੂੰ ਕਰਾ ਲੈਣਾ ਚਾਹੀਦਾ ਰੀਫਾਈਨੈਂਸ? ਯੂਨੋ ਇਹਦੇ ਵਿੱਚ ਇੱਦਾਂ ਭਾਜੀ ਕਿ ਯੂਨੋ ਇੱਦਾਂ ਦੱਸਣਾ ਬਹੁਤ ਮੁਸ਼ਕਲ ਹੋ ਜਾਂਦਾ ਵਾ, ਬਿਕਾਜ਼ ਹਰ ਜਿਹੜਾ ਕੇਸ ਹੁੰਦਾ ਨਾ ਭਾਜੀ, ਕੇਸ ਟੂ ਕੇਸ ਇਜ਼ ਆਲਵੇਜ਼ ਡਿਫਰੈਂਟ ਜੀ। ਸੋ ਹਰ ਕਲਾਇੰਟ ਦਾ ਕਹਿ ਲਓ ਕਿ ਜੇ ਤੁਸੀਂ ਰੀਫਾਈਨੈਂਸ ਕਰ ਰਹੇ ਹੋ ਤੇ ਸ਼ਾਇਦ ਤੁਹਾਡੇ ਰਿਸ਼ਤੇਦਾਰ ਨੇ ਵੀ ਰੀਫਾਈਨੈਂਸ ਕਰਾਉਣਾ ਹੋਵੇ, ਤੁਹਾਡੀ ਜਿਹੜੀ ਫਾਈਲ ਆ ਕਦੀ ਸਿਮਿਲਰ ਨਹੀਂ ਹੋਊਗੀ, ਇਟਸ ਆਲਵੇਜ਼ ਸਮਥਿੰਗ ਡਿਫਰੈਂਟ। ਸੋ ਕੇਸ ਟੂ ਕੇਸ ਡਿਫਰੈਂਟ ਹੁੰਦਾ। ਸੋ ਮੈਂ ਯੂਨੋ ਰਿਕੁਐਸਟ ਕਰਦਾ ਜੇ ਕੋਈ ਵੀ ਯੂਨੋ ਜੇ ਤੁਸੀਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਾਲ ਕਰ, ਤੁਸੀਂ ਸਾਨੂੰ ਕਾਲ ਕਰੋ, ਜਿਹੜਾ ਸਾਡਾ ਫੋਨ ਨੰਬਰ ਹੈਗਾ ਯੂਨੋ 5594727750, ਜਾਂ ਮੇਰਾ ਵੀ ਫੋਨ ਨੰਬਰ ਹੈਗਾ 5595192501, ਤੁਸੀਂ ਕਾਲ ਕਰਕੇ ਪੁੱਛ ਲਓ, ਅਸੀਂ ਤੁਹਾਨੂੰ ਡਾਇਰੈਕਟਲੀ ਯੂਨੋ ਆਨਸਰ ਦੇਵਾਂਗੇ, ਬੜੀ ਮੈਂ ਤੁਹਾਡੀ ਹੈਲਪ ਕਰਾਂਗੇ, ਤੁਹਾਨੂੰ ਇਹ ਵੀ ਦੱਸਾਂਗੇ, ਸਲਾਹ ਦੇਵਾਂਗੇ ਕਿ ਜੇ ਯੂਨੋ ਤੁਹਾਨੂੰ ਫਾਇਦੇਮੰਦ ਹੈਗਾ ਵੀ ਆ ਰੀਫਾਈਨੈਂਸ ਕਰਨ ਨੂੰ ਕਿ ਨਹੀਂ। ਜੀ ਹਾਂ ਬਿਲਕੁਲ, ਇਹ ਮੋਨ ਚੀਮਾ ਜੀ ਵੀ ਅਕਸਰ ਇਹ ਕਹਿੰਦੇ ਹੁੰਦੇ ਵੀ ਇੱਕ ਵਾਰੀ ਸਲਾਹ ਲੈ ਲਓ, ਅਤੇ ਜ਼ਰੂਰੀ ਨਹੀਂ ਕਿ ਤੁਹਾਨੂੰ ਉਹ ਸਲਾਹ ਦੇ ਤਾਂ ਕੋਈ ਪੈਸੇ ਨਹੀਂ ਲੈਂਦੇ, ਸਲਾਹ ਦੱਸ ਦੇਣਗੇ ਵੀ ਜੇ ਰੀਫਾਈਨੈਂਸ ਕਰਕੇ ਫਾਇਦਾ ਹੈਗਾ, ਵਾਕਿਆ ਹੀ ਫਾਇਦਾ ਹੁੰਦਾ ਹੋਇਆ ਤਾਂ ਫਿਰ ਹੀ ਇਹ ਕਰਵਾਉਣਗੇ, ਨਹੀਂ ਤਾਂ ਉੱਦਾਂ ਨਹੀਂ ਕਹਿੰਦੇ। ਅਤੇ ਇੱਕ ਨੰਬਰ ਇਹ ਸਰਤਾਜ ਜੀ 5599905257 ਇਹ ਆ ਰਿਹਾ ਸਕਰੀਨ 'ਤੇ, ਇਹ ਵੀ ਸਹੀ ਨੰਬਰ ਆ ਨਾ ਜੀ ਕਾਲ ਕਰਨ ਲਈ? ਹਾਂਜੀ ਹਾਂਜੀ, ਇਹ ਵੀ ਬਿਲਕੁਲ ਸਹੀ ਨੰਬਰ। ਹਾਂਜੀ ਹਾਂਜੀ, 1206 9913 ਅਤੇ 9075 ਸਿਆਟਲ ਦਾ ਨੰਬਰ ਉੱਧਰ ਲਾਗਾ ਵਾਸ਼ਿੰਗਟਨ ਦਾ। ਹਾਂਜੀ ਹਾਂਜੀ ਹਾਂ, ਇਹ ਸਾਰੇ ਨੰਬਰ ਹੈਗੇ ਨੇ, ਨਾਲ ਈਮੇਲ ਆਈ ਡੀ ਵੀ ਹੈ ਬੈਟਰ ਰੇਟਸ। ਅਤੇ ਬਾਕੀ ਮੈਂ ਪਰਸੋਂ ਆਉਣਾ ਤੁਹਾਡੇ ਕੋਲ, ਤੁਹਾਡੇ ਦਰਸ਼ਨ ਮਿਲ ਕਰਦੇ ਉੱਥੇ, ਅਤੇ ਆਪਾਂ ਰੀਫਾਈਨੈਂਸ ਦੀ ਗੱਲ ਜਿਹੜੀ ਹੈ ਇਹਦੀ ਇੱਕ ਕਰਾਂਗੇ ਹੋਰ ਜੀ, ਇੱਕ ਬ੍ਰੇਕ ਛੋਟੀ ਲੈਣੀ ਪੈਣੀ ਆ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਦੇਰ ਹੋਰ ਤੁਹਾਡੇ ਨਾਲ ਗੱਲਾਂ ਕਰਾਂਗੇ ਜੀ, ਰੀਫਾਈਨੈਂਸ ਦੀਆਂ, ਰੀਅਲ ਸਟੇਟ ਦੀਆਂ, ਹੋਰ ਜਨਰਲ ਗੱਲਾਂ ਬਾਤਾਂ ਕਰਾਂਗੇ। ਅਤੇ ਫਿਲਹਾਲ ਜਿਹੜੀ ਆ ਤੁਸੀਂ ਇਸੇ ਤਰ੍ਹਾਂ ਨਾਲ ਜੁੜੇ ਰਹੋ ਜੀ, ਫੋਨ ਨਾ ਕੱਟਿਓ। ਠੀਕ ਹੈ ਜੀ, ਠੀਕ ਹੈ ਜੀ। ਸਰਤਾਜ ਸਿੰਘ ਜੀ ਬਹੁਤ ਵਧੀਆ, ਸੋਹਣੇ ਸੁਨੱਖੇ, ਪੂਰੇ ਸਾਫ ਸੂਰਤ ਸਾਡੇ ਨਾਲ ਗੱਲਾਂ ਕਰ ਰਹੇ ਸੀਗੇ, ਕੰਮ ਕਰਨ ਦਾ ਵੀ ਇਹਨਾਂ ਤਰੀਕਾ ਵਧੀਆ, ਬਹੁਤ ਹੀ ਜਿੰਨਾ ਵੀ ਕੰਮ ਕਰਦੇ ਨੇ ਇਮਾਨਦਾਰੀ ਨਾਲ ਕੰਮ ਕਰਦੇ ਨੇ, ਔਰ ਸਾਰੇ ਕਲਾਇੰਟ ਜਿਹੜੇ ਤਕਰੀਬਨ ਅਸੀਂ ਉਹਨਾਂ ਨੂੰ ਵੀ ਇਹਨਾਂ ਦੇ ਨੂੰ ਮਿਲੇ ਆ, ਸਾਰੇ ਬਹੁਤ ਖੁਸ਼ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਹੈਗਾ। ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਫਿਰ ਹਾਜ਼ਰ ਹੈ ਜੀ, ਮੋਰਗੇਜ ਐਡਵਾਈਸ ਜਿਹੜੀ ਹੈ ਜ਼ੈਂਡਰ ਮੋਰਗੇਜ ਵੱਲੋਂ, ਜ਼ੈਂਡਰ ਮੋਰਗੇਜ ਅਤੇ ਰੀਅਲ ਅਸਟੇਟ ਵੱਲੋਂ ਸਰਤਾਜ ਸਿੰਘ ਜੀ ਅੱਜ ਸਾਨੂੰ ਐਡਵਾਈਸ ਦੇ ਰਹੇ ਨੇ, ਜਾਣਕਾਰੀ ਦੇ ਰਹੇ ਨੇ, ਔਰ ਪੂਰੇ ਹੋਰ ਹਾਲਾਤਾਂ ਦੇ ਉੱਪਰ ਵੀ ਜਾਣਕਾਰੀ ਜਿਹੜੀ ਇਹ ਪਾ ਰਹੇ ਹਾਂ ਜੀ। ਸਰਤਾਜ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਅਸੀਂ ਰੀਫਾਈਨੈਂਸ ਦੀ ਗੱਲ ਕਰ ਰਹੇ ਸੀਗੇ, ਰੀਫਾਈਨੈਂਸ ਦੀ ਜਿਹੜੀ ਸਭ ਤੋਂ ਪਹਿਲਾਂ ਸਟੈਪ ਕੀ ਹੈ ਜੇ ਕਿਸੇ ਨੇ ਹੁਣ ਮੂਡ ਬਣਿਆ ਹੋਵੇ, ਜਾਂ ਹਜੇ ਨਹੀਂ ਕਰਵਾਇਆ ਹੋਵੇ, ਪਹਿਲਾ ਸਟੈਪ ਕੀ ਹੈ? ਤੁਹਾਨੂੰ ਕਿਹੜੇ ਕਿਹੜੇ ਪੇਪਰ ਉਹ ਭੇਜਣੇ ਚਾਹੀਦੇ, ਉਹਨਾਂ ਨੂੰ ਈਮੇਲ ਕਰਨੇ ਚਾਹੀਦੇ ਜਾਂ ਫੋਨ ਕਰਕੇ ਦੱਸਣੇ ਚਾਹੀਦੇ, ਜਾਂ ਫਿਰ ਤੁਸੀਂ ਫੋਨ 'ਤੇ ਦੱਸੋਗੇ? ਹਾਂਜੀ, ਸੋ ਜਿਹੜੇ ਰੀਫਾਈਨੈਂਸ ਦੇ ਯੂਨੋ ਡਾਕੂਮੈਂਟਸ ਹੁੰਦੇ ਆ, ਬੜੀ ਮੱਚ ਇਹਦੀਆਂ ਦੋ ਕੈਟਾਗੋਰੀਜ਼ ਹੁੰਦੀਆਂ। ਅੱਛਾ ਜੀ। ਸੋ ਇੱਕ ਤਾਂ ਜੇ ਤੁਸੀਂ ਸੈਲਫ ਇੰਪਲੋਇਡ ਯੂਨੋ ਬੜੀ ਮੱਚ ਪਾਵਰਸ ਹੈਗੇ ਹੋ, ਤੁਹਾਡਾ ਆਪਦਾ ਕੰਮ ਹੈ, ਉਹਦੇ ਲਈ ਸੈਪਰੇਟ ਡਾਕੂਮੈਂਟਸ ਚਾਹੀਦੀਆਂ ਹੁੰਦੀਆਂ। ਜੇ ਤੁਸੀਂ W2 ਹੈਗੇ ਹੋ, ਉਹਦੇ ਸੈਪਰੇਟ ਡਾਕੂਮੈਂਟਸ ਹੁੰਦੀਆਂ ਵਾ। ਅੱਛਾ ਜੀ। ਸੋ ਆਪਾਂ ਪਹਿਲਾਂ ਸੈਲਫ ਇੰਪਲੋਇਡ ਨਾਲ ਸ਼ੁਰੂ ਕਰ ਲੈਂਦੇ ਹਾਂ। ਸੋ ਜਦੋਂ ਵੀ ਤੁਸੀਂ ਕਦੀ ਵੀ ਇਨਕੁਆਇਰੀ ਕਰਨੀ ਹੋਵੇ ਰੀਫਾਈਨੈਂਸ ਲਈ, ਸੈਲਫ ਇੰਪਲੋਇਡ ਪਾਵਰਸ ਹੈਗੇ, ਤੁਸੀਂ ਤੁਹਾਡਾ ਆਪਦਾ ਕੰਮ ਆ, ਹੈ ਨਾ, 1099 'ਤੇ ਕੰਮ ਕਰਦੇ ਹੋ, ਉਹਦੇ ਲਈ ਬੜੀ ਮੱਚ ਬੈਂਕ ਕੀ ਮੰਗਦੀ ਹੁੰਦੀ ਹੈ ਕਿ ਇੱਕ ਤਾਂ ਉਹਨਾਂ ਨੇ ਤੁਹਾਡੀ ਬੜੀ ਮੱਚ 2 forms ਆਫ ਆਈ ਡੀਜ਼ ਲੈਣੀਆਂ ਹੁੰਦੀਆਂ ਵਾ, ਅਤੇ ਨਾਲ ਉਹਨਾਂ ਨੇ ਤੁਹਾਡੇ 2 ਸਾਲ ਦੇ ਟੈਕਸ ਰਿਟਰਨਸ ਦੇਖਣੇ ਹੁੰਦੇ ਆ।
ਅੱਛਾ ਜੀ 2 ਸਾਲ ਦੇ ਟੈਕਸ ਰਿਟਰਨ ਦੇ ਨਾਲ ਜਿਹੜੀ ਕਿ ਪ੍ਰੀ ਮਚ ਕੋਵਿਡ ਕਰਕੇ ਇੱਕ ਨਵੀਂ ਗਾਈਡਲਾਈਨ ਸ਼ੁਰੂ ਹੋਈ ਆ 3 ਮੰਥ ਬਿਜ਼ਨਸ ਬੈਂਕ ਸਟੇਟਮੈਂਟਸ ਉਹਨਾਂ ਨੇ ਰਿਵਿਊ ਕਰਨੇ ਆ ਤੇ ਦੇਖਣ ਲਈ ਕਿ ਪ੍ਰੀ ਮਚ ਤੁਹਾਡਾ ਕੰਮ ਕਿਦਾਂ ਚੱਲ ਰਿਹਾ ਠੀਕ ਹੈ ਜੀ ਸੋ ਪ੍ਰੀ ਮਚ ਇਹ ਬਹੁਤ ਵੱਡੀ ਚੀਜ਼ ਆ ਪਿਛਲੀ ਵਾਰੀ ਯੂ ਨੋ ਮੇਰੀ ਅਸੀਂ ਕਿਸੇ ਨਾਲ ਗੱਲ ਵੀ ਹੋ ਰਹੀ ਸੀਗੀ ਉਹ ਕਹਿੰਦੇ ਸੀਗੇ ਕਿ ਯਾਰ ਇੰਨੀ ਕਰੀ ਡਾਕੂਮੈਂਟ ਕਰੀ ਮੰਗੀ ਨਹੀਂ ਹਨਾ ਕਿ ਉਹ ਹੋਰ ਕਿਉਂ ਮੰਗਣ ਲੱਗ ਪਿਆ ਐਕਚੁਅਲੀ ਕੋਵਿਡ ਕਰਕੇ ਇਹਨਾਂ ਨੇ ਨਵੀਆਂ ਗਾਈਡਲਾਈਨਸ ਇੰਪਲੀਮੈਂਟ ਕਰ ਦਿੱਤੀਆਂ ਕਿ ਉਹ ਗਾਈਡਲਾਈਨਸ ਦੇ ਅਕੋਰਡਿੰਗਲੀ ਹਰ ਬੈਂਕ ਹੁਣ ਲੋਨ ਕਰਦੀ ਨਹੀਂ ਅਨਲੈਸ ਦੇ ਹੈਵ ਦੀਸ ਡਾਕੂਮੈਂਟ ਸੋ ਜਿਹੜੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਹੁੰਦੀ ਹੈ ਜਿਹੜੀ 3 ਮਹੀਨੇ ਦੀ ਬੈਂਕ ਸਟੇਟਮੈਂਟ ਇਹ ਬਹੁਤ ਜ਼ਰੂਰੀ ਕਹਿ ਲਓ ਕਿ ਬਹੁਤ ਵੈਰੀ ਵੈਰੀ ਇੰਪੋਰਟੈਂਟ ਆਈਟਮ ਆ ਲਿਸਟ ਦੀ ਤੇ ਇਹ ਤੋਂ ਇਲਾਵਾ ਬੜੀ ਮੱਚ ਯੂ ਨੋ ਉਹਨਾਂ ਨੇ ਤੁਹਾਡੀ ਬੜੀ ਮੱਚ ਘਰ ਦੀ ਇੰਸ਼ੋਰੈਂਸ ਪਾਲਿਸੀ ਘਰ ਦੀ ਮੋਰਗੇਜ ਸਟੇਟਮੈਂਟ ਇਹ ਬੜੀ ਮੱਚ ਇਹੀ ਛੋਟੇ ਛੋਟੇ ਡਾਕੂਮੈਂਟਸ ਉਹਨਾਂ ਨੇ ਮੰਗਣੇ ਆ ਪਰ ਮੇਨ ਚੀਜ਼ ਜਿਹੜੀ ਬੈਂਕ ਹਮੇਸ਼ਾ ਚਾਹੁੰਦੀ ਆ ਕਿ ਬਿਜ਼ਨਸ ਡਿਪੋਜ਼ਿਟਸ ਬਿਜ਼ਨਸ ਯੂ ਨੋ ਟੈਕਸ ਰਿਟਰਨਸ ਬਿਜ਼ਨਸ ਬੈਂਕ ਸਟੇਟਮੈਂਟ ਇਹ ਕੁਛ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਜਿਹੜੀਆਂ ਬੈਂਕ ਨੇ ਹਮੇਸ਼ਾ ਦੇਖਣੀਆਂ ਹੀ ਦੇਖਣੀਆਂ ਸੋ ਜੇ ਆਪਾਂ ਮੂਵ ਫੋਰਵਰਡ ਕਰੀਏ ਟੂ W-2 ਫਾਈਲਸ ਜੀ ਹੁਣ W-2 ਤੇ ਯੂ ਨੋ ਬੜੀ ਮੱਚ ਤੁਹਾਨੂੰ ਤਨਖਾਹ ਮਿਲਦੀ ਹੈ ਤੁਸੀਂ ਬੜੀ ਮੱਚ ਸੈਲਰੀ ਬੇਸਡ ਹੋ ਤੁਸੀਂ ਪਰ ਆਵਰ ਕੰਮ ਕਰ ਰਹੇ ਹੋ ਸੋ ਉਹਦੇ ਵਿੱਚ ਬੈਂਕ ਕੀ ਦੇਖਦੀ ਉਹਨਾਂ ਨੇ ਇੱਕ ਤਾਂ ਤੁਹਾਡੇ 2 ਸਾਲ ਦੇ ਟੈਕਸ ਰਿਟਰਨਸ ਦੇ ਨਾਲ 2 ਸਾਲ ਦੇ W-2 ਤੇ ਨਾਲ ਬੜੀ ਮੱਚ ਉਹਨਾਂ ਨੇ ਪੇ ਸਟਬਸ ਤੁਹਾਡੇ ਦੇਖਣੇ ਆ ਕਹਿ ਲਓ ਕਿ ਜਿਹੜੇ ਤੁਹਾਨੂੰ 2 ਰੀਸੈਂਟ ਪੇ ਸਟਬਸ ਮਿਲੇ ਹੋਣਗੇ ਉਹਨਾਂ ਨੇ ਬੜੀ ਮੱਚ ਬੈਂਕ ਨੇ ਇਹ ਰਿਕੁਐਸਟ ਕਰਨਾ ਤੇ ਬਾਕੀ ਜਿਹੜੀਆਂ ਆਈਟਮਸ ਮੈਂ ਤੁਹਾਨੂੰ ਦੱਸੀਆਂ ਸੀਗੀਆਂ ਜਿਵੇਂ ਮੋਰਗੇਜ ਸਟੇਟਮੈਂਟ ਹੋ ਗਈ ਘਰ ਦੀ ਇੰਸ਼ੋਰੈਂਸ ਪਾਲਿਸੀ ਤੇ 2 ਫੋਰਮਸ ਆਫ ਆਈਡੀਜ਼ ਨਾਲ ਲੈਣਗੇ ਪਰ ਮੇਨ ਚੀਜ਼ ਫੋਰ W-2 ਇੰਪਲੋਈਜ਼ ਇਹੀ ਆ ਕਿ ਉਹਨਾਂ ਨੇ W-2 ਦੇਖਣੇ ਆ ਤੇ ਨਾਲ ਪੇ ਸਟਬਸ ਸੋ ਇਹ ਬੜੀ ਮੱਚ ਮੇਨ ਡਾਕੂਮੈਂਟਸ ਆ ਜਿਹੜੀ ਬੈਂਕ ਹਮੇਸ਼ਾ ਇਨੀਸ਼ੀਅਲੀ ਮੰਗਦੀ ਹੁੰਦੀ ਇਹ W-2 ਸਰਦਾਰ ਜੀ ਤੁਸੀਂ ਕਿੰਨੀ ਦੇਰ ਦਾ ਦੱਸਿਆ ਕਿੰਨੀ ਦੇਰ ਦਾ ਚਾਹੀਦਾ ਕਿੰਨੀ ਦੇਰ ਦੇਖਦੀ ਬੈਂਕ 2 ਸਾਲ ਦੀ W-2 ਅੱਛਾ 2 ਸਾਲ ਦੀ ਹੋ ਗਈ ਕਰਤੀ ਇਹ ਵੀ ਕਾਰਨ ਹੈਗਾ ਸਰਤਾਜ ਜੀ ਕਿ ਜਿਹੜੀ ਡਾਕੂਮੈਂਟੇਸ਼ਨ ਵਧਾਤੀ ਹੈ ਜ਼ਿਆਦਾ ਪੇਪਰ ਆ ਵੀ ਦਿਓ ਉਹ ਵੀ ਦਿਓ ਕਿਉਂਕਿ ਲੋਡ ਜ਼ਿਆਦਾ ਬੈਂਕਾਂ 'ਤੇ ਪੈ ਗਿਆ ਰੀਫਾਈਨੈਂਸ ਦਾ ਨਵੇਂ ਘਰ ਫਾਈਨੈਂਸ ਦਾ ਵੀ ਇਸ ਕਰਕੇ ਉਹ ਥੋੜ੍ਹਾ ਜਿਹਾ ਛਾਨਣਾ ਕਹਿੰਦੇ ਜੇ ਪੰਜਾਬੀ ਦੇ ਵਿੱਚ ਬਰੀਕ ਛਾਨਣਾ ਉਹਨਾਂ ਨੇ ਲਾਤਾ ਇਹ ਵੀ ਕਾਰਨ ਹੈਗਾ ਹਾਂਜੀ ਸੋ ਬੜੀ ਮੱਚ ਕੋਵਿਡ ਕਰਕੇ ਕਾਫੀ ਬਰੀਕੀ ਨਾਲ ਹਰ ਫਾਈਲ ਦੇਖਣ ਲੱਗ ਪਏ ਨੇ ਉਹਨਾਂ ਨੇ ਹਰ ਚੀਜ਼ ਦੀ ਰਿਕੁਆਇਰਮੈਂਟ ਹਰ ਚੀਜ਼ ਦੀ ਡਾਕੂਮੈਂਟਸ ਯੂ ਨੋ ਜੇ ਕਹਿ ਲਓ ਕਿਸੇ ਵੀਰ ਕੋਲ ਬਿਜ਼ਨਸਿਸ ਜ਼ਿਆਦੇ ਆ ਉਹ ਬਿਜ਼ਨਸ ਦੀ ਥੋੜੀਆਂ ਐਕਸਟਰਾ ਡਾਕੂਮੈਂਟਸ ਨੂੰ ਮੰਗਣ ਲੱਗ ਪਏ ਸਿਰਫ ਕੋਵਿਡ ਕਰਕੇ ਬਿਕਾਜ਼ ਕੋਵਿਡ ਨੇ ਹਮ ਕਹਿ ਲਓ ਕਿ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੀ ਲਾਈਫ ਆ ਕਾਫੀ ਜ਼ਿਆਦਾ ਜਾਣਿਆਂ ਦੀ ਲਾਈਫ ਉੱਤੇ ਇੰਪੈਕਟ ਕੀਤਾ ਆ ਰਾਈਟ ਸੋ ਕਈ ਵਾਰੀ ਸੱਚੀ ਕਦੇ ਯੂ ਨੋ ਸਮਰ ਪ੍ਰੋਬਬਲੀ ਸੱਚੀ ਨਹੀਂ ਕੋਈ ਪੇਮੈਂਟਸ ਦੇ ਪਾ ਰਿਹਾ ਕਿਸੇ ਨੂੰ ਭਾਵੇਂ ਸੱਚੀ ਉਹਨਾਂ ਨੂੰ ਕੰਮ ਤੋਂ ਯੂ ਨੋ ਫਾਇਰ ਕੀਤਾ ਗਿਆ ਹੋਵੇ ਉਹਨਾਂ ਦੇ ਉਹਨਾਂ ਨੂੰ ਅਨਇੰਪਲੋਇਮੈਂਟ ਤੇ ਜਾਣਾ ਹੀ ਪੈਣਾ ਸੋ ਤਾਂ ਕਰਕੇ ਉਹਨਾਂ ਨੇ ਬੜੀ ਮੱਚ ਇਹ ਸਿਨੈਰੀਓਜ਼ ਦੇਖੇ ਯੂ ਨੋ ਉਹਨਾਂ ਨੇ ਬੜੀ ਮੱਚ ਕਿ ਡਾਕੂਮੈਂਟ ਦੀ ਲਿਸਟ ਜਿਹੜੀ ਵਧਾ ਦਿੱਤੀ ਰਿਕੁਆਇਰਮੈਂਟ ਬਣਾ ਦਿੱਤੀ ਕਹਿ ਲਓ ਕਿ ਹਰ ਚੀਜ਼ ਨੂੰ ਹੁਣ ਮਾਈਕਰੋਸਕੋਪ ਦੇ ਥੱਲੇ ਦੇਖਦੇ ਆ ਕਿ ਜਿਹੜੀ ਹਰ ਚੀਜ਼ ਹੋਵੇ ਯੂ ਨੋ ਜੇ ਅਸੀਂ ਉਹਨਾਂ ਨੂੰ ਲੋਨ ਦੇਣਾ ਵਾ ਹਰ ਚੀਜ਼ ਜਿੱਦਾਂ ਦੀ ਉਹਨਾਂ ਨੂੰ ਚਾਹੀਦੀ ਉਹ ਉਦਾਂ ਦੀ ਫਿਰ ਉਹਨਾਂ ਨੇ ਗਾਈਡਲਾਈਨਸ ਬਣਾ ਦਿੱਤੀਆਂ ਜੀ ਤੇ ਅਸੀਂ ਕਰ ਲਈ ਗੱਲ 1099 ਦੀ W-2 ਦੀ ਗੱਲ ਕਰ ਲਈ ਤੇ ਇੱਕ ਜਿਹੜੇ ਬੰਦੇ ਕੋਲ ਪੈਸੇ ਹੈਗੇ ਨੇ ਪਰ ਉਹ ਨਾ 1099 ਹੈ ਤੇ ਨਾ ਉਹਦੇ ਕੋਲ W-2 ਹੈ ਲੇਕਿਨ ਪੈਸਿਆਂ ਦਾ ਫਲੋ ਉਹਦੀ ਅਕਾਊਂਟ ਦੇ ਵਿੱਚ ਲਗਾਤਾਰ ਹੈਗਾ ਤੇ ਉਹ ਕਿੱਥੇ ਖੜੇ ਨੇ ਹਾਂਜੀ ਸੋ ਜਿਹੜੇ ਇਦਾਂ ਦੇ ਪ੍ਰੀ ਮਚ ਮੇਰੇ ਵੀਰ ਹੈਗੇ ਨੇ ਯੂ ਨੋ ਜਿਹਨਾਂ ਕੋਲ ਯੂ ਨੋ ਉਹਨਾਂ ਕੋਲ ਪ੍ਰੀ ਮਚ ਨਵੇਂ ਨਵੇਂ ਇੰਡੀਆ ਤੋਂ ਆਏ ਆ ਜਾਂ ਉਹਨਾਂ ਕੋਲ ਟੈਕਸ ਰਿਟਰਨ ਨਹੀਂ ਫਾਈਲ ਕੀਤੇ ਪਰ ਬੈਂਕ ਸਟੇਟਮੈਂਟਸ ਹੈਗੇ ਇਹਨਾਂ ਨੂੰ ਪ੍ਰੀ ਮਚ ਅਸੀਂ ਕਹਿੰਦੇ ਨਾਨ ਕਿਊਐਮ ਲੋਨਸ ਅੱਛਾ ਜੀ ਪ੍ਰੀ ਮਚ ਜਿਹੜੇ ਇਦਾਂ ਦੇ ਲੋਨਸ ਹੁੰਦੇ ਨੇ ਪ੍ਰੀ ਮਚ ਯੂ ਨੋ ਇਹ ਕੇਸ ਟੂ ਕੇਸ ਵੈਰੀ ਕਰਦੇ ਆ ਸੋ ਅਸੀਂ ਹਮੇਸ਼ਾ ਕਹਿੰਦੇ ਕਿ ਤੁਸੀਂ ਪਹਿਲਾਂ ਸਾਨੂੰ ਕੰਸਲਟ ਕਰੋ ਪਰ ਇਹ ਨਾ ਸੋਚਿਓ ਕਿ ਜੇ ਤੁਹਾਡੀ ਇੰਪਲੋਇਮੈਂਟ ਹਿਸਟਰੀ ਨਹੀਂ ਹੈਗੀ ਜਾਂ ਕ੍ਰੈਡਿਟ ਹਿਸਟਰੀ ਨਹੀਂ ਹੈਗੀ ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਲੋਨ ਨਹੀਂ ਕੁਆਲੀਫਾਈ ਨਹੀਂ ਹੋਵੋਗੇ ਤੁਸੀਂ ਕੰਟੈਕਟ ਕਰਕੇ ਯੂ ਨੋ ਕੰਟੈਕਟ ਕਰੋ ਅਸੀਂ ਪ੍ਰੀ ਮਚ ਤੁਹਾਨੂੰ ਹੈਲਪ ਕਰਦੇ ਹਾਂ ਬਿਕਾਜ਼ ਦੇਰ ਇਜ਼ ਆਲਵੇਜ਼ ਸਮਥਿੰਗ ਆਊਟ ਦੇਰ ਫਾਰ ਐਵਰੀਵਨ ਜੀ ਜਿੱਦਾਂ ਦਾ ਵੀ ਕੇਸ ਹੁੰਦਾ ਵਾ ਉਦਾਂ ਦਾ ਪ੍ਰੋਗਰਾਮ ਹਮੇਸ਼ਾ ਹੁੰਦਾ ਹੀ ਹੁੰਦਾ ਡਾਊਨ ਪੇਮੈਂਟ ਅਸਿਸਟੈਂਟ ਪ੍ਰੋਗਰਾਮ ਯੂ ਨੋ ਪ੍ਰੀ ਮਚ ਔਨ ਪ੍ਰੀ ਮਚ ਇੱਕ ਲਾਅ ਪਾਸ ਔਨ ਲਗਾ ਵਿਦ $15,000 ਟੈਕਸ ਕ੍ਰੈਡਿਟ ਯੂ ਨੋ ਫੋਰ ਨਿਊ ਹੋਮ ਬਾਇਰ ਸੋ ਇਦਾਂ ਦੀ ਕਾਫੀ ਨਿਊਜ਼ ਕਾਫੀ ਚੀਜ਼ਾਂ ਯੂ ਨੋ ਹੁੰਦੀਆਂ ਵਾ ਤੁਸੀਂ ਯੂ ਨੋ ਪ੍ਰੀ ਮਚ ਕੰਸਲਟ ਕਰਕੇ ਦੇਖੋ ਅਸੀਂ ਹਮੇਸ਼ਾ ਯੂ ਨੋ ਤੁਹਾਨੂੰ ਸਲਾਹ ਦੇਵਾਂਗੇ ਤੇ ਸਹੀ ਦੇਵਾਂਗੇ ਹਾਂਜੀ ਬਿਲਕੁਲ ਬਿਲਕੁਲ ਇਹੀ ਗੱਲ ਅਸੀਂ ਅਕਸਰ ਕਹੀ ਦੀ ਹੈ ਵੀ ਇੱਕ ਵਾਰੀ ਫੋਨ ਜ਼ਰੂਰ ਕਰ ਲੈਣ ਸਾਡੇ ਦਰਸ਼ਕ ਜਿਨ੍ਹਾਂ ਨੇ ਵੀ ਕਿਸੇ ਨੇ ਨਵਾਂ ਘਰ ਲੈਣਾ ਜਾਂ ਰੀਫਾਈਨੈਂਸ ਕਰਾਉਣਾ ਤੇ ਫੋਨ ਜ਼ਰੂਰ ਕਰ ਲੈਣ ਬਹੁਤ ਸਭ ਮੈਨੂੰ ਵੀ ਜਿੱਦਾਂ ਕਈ ਲੋਕਾਂ ਨੇ ਸਰਤਾਜ ਜੀ ਪੁੱਛਿਆ ਕਿਉਂਕਿ ਹਰ ਬੰਦਾ ਪੁੱਛਦਾ ਪਹਿਲਾ ਕੁਐਸਚਨ ਇਹ ਹੁੰਦਾ ਵੀ ਲੋਨ ਕਿੱਥੋਂ ਕਰਾਇਆ ਤੇ ਕੀ ਰੇਟ ਹੈ ਹਾਂਜੀ ਸੋ ਬੈਸਟ ਰੇਟ ਵਾਸਤੇ ਤੁਹਾਡਾ ਰੇਟ ਬੈਟਰ ਰੇਟਸ ਦਾ ਈਮੇਲ ਵੀ ਤੁਹਾਡੀ ਇਹੀ ਹੈ betterrates@gmail.com ਤੇ ਇਸ ਕਰਕੇ ਸਾਡੇ ਦਰਸ਼ਕ ਵਿਸ਼ਵਾਸ ਅਸੀਂ ਕਹਿ ਸਕਦੇ ਹਾਂ ਵਿਸ਼ਵਾਸ ਦੇ ਨਾਲ ਵੀ ਵਿਸ਼ਵਾਸ ਕਰ ਸਕਦੇ ਹਾਂ ਜੈਂਡਰ ਮੋਰਗੇਜ 'ਤੇ ਅੱਛਾ ਨਾਲ ਦੀ ਨਾਲ ਅਸੀਂ ਜਿਹੜੇ ਨਵੇਂ ਘਰ ਲੈਣਾ ਕਿਸੇ ਨੇ ਉਹਨੇ ਉਹਦੇ ਵਾਸਤੇ ਕੀ ਫਾਰਮੈਲਿਟੀਜ਼ ਹੈਗੀਆਂ ਕੀ ਪ੍ਰੋਸੀਜਰ ਹੈਗਾ ਜੀ ਨਵੇਂ ਘਰ ਦਾ ਲੋਨ ਜੇ ਕਿਸੇ ਨੇ ਕਰਾਉਣਾ ਮੇਰੇ ਖਿਆਲ ਸਭ ਤੋਂ ਪਹਿਲਾਂ ਪ੍ਰੀ ਕੁਆਲੀਫਾਈ ਹੁੰਦਾ ਜਾਂ ਪਹਿਲੇ ਸਭ ਤੋਂ ਪਹਿਲਾਂ ਹੋਰ ਕੀ ਲੈਟਰ ਹੁੰਦਾ
ਸੋ ਪ੍ਰੀਟੀ ਮੱਚ ਯੂ ਨੋ ਜਦੋਂ ਵੀ ਆਪਾਂ ਕਹਿ ਲਓ ਕਿ ਨਵਾਂ ਲੋਟ ਰਿਜ਼ਰਵ ਕਰਨਾ ਹੋਵੇ ਨਵੇਂ ਘਰ ਲਈ ਵੈਰੀ ਨਿਊ ਬਿਲਡ ਕਹਿ ਲਓ ਪ੍ਰੀਟੀ ਮੱਚ ਜਿਹੜੀ ਡਾਕੂਮੈਂਟ ਦੀ ਚੈੱਕ ਲਿਸਟ ਆ ਤਾਂ ਤਕਰੀਬਨ ਸਾਰੀ ਸੇਮ ਹੀ ਆ ਪਰ ਇਹਦੇ ਵਿੱਚ ਇੰਨਾ ਡਿਫਰੈਂਸ ਆ ਕਿ ਯੂ ਨੋ ਪ੍ਰੀਟੀ ਮੱਚ ਇਹਦੇ ਵਿੱਚ ਇੱਕ ਪਰਚੇਸ ਕੰਟਰੈਕਟ ਹੁੰਦਾ ਆ ਯੂ ਨੋ ਤੁਸੀਂ ਆਪਣੀ ਰੀਜ ਨਾਲ ਤੁਸੀਂ ਘਰ ਬਣਾਉਣਾ ਹੁੰਦਾ ਤੁਸੀਂ ਯੂ ਨੋ ਆਪਣੇ ਹਿਸਾਬ ਨਾਲ ਸ਼ਾਪਿੰਗ ਕਰਨੀ ਹੁੰਦੀ ਆ ਤੇ ਯੂ ਨੋ ਉਸ ਤੋਂ ਬਾਅਦ ਇੱਕ ਮੇਨ ਚੀਜ਼ ਜਿਹੜੀ ਹੁੰਦੀ ਹੈ ਕਿ ਦੇਖਣਾ ਕਿ ਜੇ ਤੁਸੀਂ ਜਿਹੜਾ ਤੁਸੀਂ ਘਰ ਲੈ ਰਹੇ ਹੋ ਜਿੱਥੇ ਤੁਸੀਂ ਲੈ ਰਹੇ ਹੋ ਕਿ ਉਹਦੇ ਲਈ ਤੁਸੀਂ ਪ੍ਰੀ ਕੁਆਲੀਫਾਈਡ ਜਾਂ ਪ੍ਰੀ ਅਪਰੂਵਡ ਹੈਗੇ ਹੋ ਕਿ ਨਹੀਂ ਇਹ ਚੀਜ਼ ਜਿਹੜੀ ਦੇਖਣੀ ਹੈ ਇਹ ਕਾਫੀ ਦੇਖਣੀ ਜ਼ਰੂਰੀ ਪ੍ਰੀ ਮੱਚ ਜਦੋਂ ਵੀ ਤੁਸੀਂ ਲਾਟ ਬੁੱਕ ਕਰੋਗੇ ਇਹ ਲੈਟਰ ਤੋਂ ਬਿਨਾਂ ਕਹਿ ਲਓ ਕਿ ਲਾਟ ਜਿਹੜਾ ਉਹ ਬੁੱਕ ਹੁੰਦਾ ਨਹੀਂ ਰਿਜ਼ਰਵ ਹੁੰਦਾ ਨਹੀਂ ਸੋ ਉਹਦੇ ਲਈ ਪ੍ਰੀ ਮੱਚ ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਤੇ ਯੂ ਨੋ 2 ਸਾਲ ਦੇ ਟੈਕਸ ਰਿਟਰਨ ਦੇਖੇ ਜਾਣਗੇ ਤੇ ਮੇਨ ਚੀਜ਼ ਜਿਹੜੀ ਹੁੰਦੀ ਆ ਕਿ ਕ੍ਰੈਡਿਟ ਯੂ ਨੋ Pulling credit is one of the biggest things jithe ki mainu lagda ki kafi log darde ne credit pull karan to par you know oh jehda credit aap apna hai jehdi bank ne hamesha apan nu loan issue karna hai unna ne tadi credit score te credit history dekh ke unna ne hamesha dekhna ki apni file kinni strong hai to hamesha credit to pata lagdi hai ji te minimum kinne ku credit hove credit score hove minimum te oh loan vaste eligible ho sakda nave loan di apan je gal kariye ਹਾਂਜੀ ਸੋ ਪ੍ਰੀਟੀ ਮੱਚ ਉਹ ਨਵੇਂ ਲੋਨਸ ਵੀ ਤੇ ਰੀਫਾਈਨਾਂਸ ਵਾਸਤੇ ਵੀ ਭਾਜੀ ਜੇ ਤੁਸੀਂ ਇਹਨਾਂ ਜਿਹੜਾ ਮਿਨੀਮਮ ਕਹਿ ਲਓ ਕਿ ਕਨਵੈਨਸ਼ਨਲ ਲੋਨ ਲਈ ਕ੍ਰੈਡਿਟ ਸਕੋਰ ਜਿਹੜਾ ਮਿਨੀਮਮ ਹੈਗਾ 620 ਯੂ ਨੋ ਪਰ ਇਹ ਤੋਂ ਇਲਾਵਾ ਹਾਂਜੀ ਸੋ 620 ਇਜ਼ ਅ ਵੈਰੀ ਲੋ ਕ੍ਰੈਡਿਟ ਸਕੋਰ ਪਰ ਯੂ ਨੋ ਪਰ ਪ੍ਰੀਟੀ ਮੱਚ ਮੋਸਟ ਬੈਂਕ 620 ਤੋਂ ਉੱਤੇ ਐਪਲੀਕੈਂਟਸ ਪ੍ਰੀਟੀ ਮੱਚ ਐਪਲੀਕੇਸ਼ਨ ਐਕਸੈਪਟ ਕਰਦੀਆਂ ਨੇ ਹੋਰ ਵੀ ਇੱਦਾਂ ਦੇ ਲੋਨਸ ਬਾਹਰ ਹੋਣਗੇ ਯੂ ਨੋ ਜਿਹਦੇ ਉੱਤੇ ਰਿਕੁਆਇਰਮੈਂਟਸ ਘੱਟ ਹੋਣ ਜਾਂ ਜ਼ਿਆਦਾ ਹੋਣ ਪਰ You know, ਹਮੇਸ਼ਾ ਜੇ ਤੁਹਾਡਾ ਕ੍ਰੈਡਿਟ ਸਕੋਰ ਤੁਹਾਨੂੰ ਲੱਗਦਾ ਲੋ ਆ ਤੁਸੀਂ ਇੱਕ ਵਾਰੀ ਕੰਸਲਟ ਕਰਕੇ ਦੇਖੋ ਤੇ ਯੂ ਨੋ ਮੇਬੀ ਵੀ ਕੈਨ ਹੈਲਪ ਯੂ ਆਊਟ ਵਾਹ ਜੀ ਵਾਹ ਤੇ ਇਹ ਜਿਹੜੇ ਅਸੀਂ ਕਨਵੈਨਸ਼ਨਲ ਲੋਨ ਕਹਿ ਲੈਂਦੇ ਜਿਵੇਂ ਮੇਰਾ ਕਨਵੈਨਸ਼ਨਲ ਹੈਗਾ ਇੱਕ FHA ਲੋਨ ਹੁੰਦਾ ਦੋਹਾਂ ਦੇ ਵਿੱਚ ਕੀ ਫਰਕ ਹੈ ਜੀ ਇਹ ਸੋ ਪ੍ਰੀਟੀ ਮੱਚ ਜਿਹੜੀ ਕਨਵੈਨਸ਼ਨਲ ਲੋਨਸ ਹੁੰਦੀ ਬੜਾ ਕਨਵੈਨਸ਼ਨਲ ਦੀ ਗੱਲ ਹੀ ਕਰ ਲੈਂਦੇ ਹਾਂ ਸੋ ਜਦੋਂ ਵੀ ਕਹਿ ਲਓ ਕਿ ਆਪਾਂ ਸਿਨੈਰੀਓ ਲੈ ਲੈਂਦੇ ਕਿ ਤੁਸੀਂ ਨਵਾਂ ਘਰ ਲੈਣ ਲੱਗੇ ਹੋ ਰਾਈਟ ਸੋ ਨਵੇਂ ਘਰ ਦੇ ਵਿੱਚ ਜਿਹੜਾ ਵੀ ਅਸੀਂ ਡਾਊਨ ਹਮੇਸ਼ਾ ਰੈਕਮੈਂਡ ਕਰਦੇ ਹਾਂ 20% ਡਾਊਨ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਕੋਈ ਮੋਰਗੇਜ ਇੰਸ਼ੋਰੈਂਸ ਨਹੀਂ ਲੱਗਦੀ PMI ਨਹੀਂ ਲੱਗਦੀ PMI ਨਹੀਂ ਲੱਗਦੀ ਪਰ ਕਈ ਵਾਰੀ ਆਪਾਂ ਹਾਂਜੀ ਕਈ ਵਾਰੀ ਆਪਾਂ 20% ਡਾਊਨ ਨਹੀਂ ਦੇ ਸਕਦੇ ਰਾਈਟ ਸੋ ਆਪਾਂ ਨੂੰ ਘੱਟ ਡਾਊਨ ਦੇਣਾ ਪੈਣਾ ਸੋ ਕਨਵੈਨਸ਼ਨਲ ਲੋਨਸ ਇੱਦਾਂ ਕਹਿ ਲਓ ਕਿ ਜੇ ਆਪਾਂ 10% ਡਾਊਨ ਦੇ ਦਿੰਦੇ ਹਾਂ ਉਹ ਤੁਹਾਡੀ ਆਲਰੇਡੀ 10% ਘਰ ਦੇ ਵਿੱਚ ਐਕੁਇਟੀ ਬਣ ਚੁੱਕੀ ਹੈ ਠੀਕ ਰਾਈਟ ਸੋ ਪ੍ਰੀਟੀ ਮੱਚ ਜਦੋਂ ਆਪਣੀ ਐਕੁਇਟੀ 20% ਤੱਕ ਬਣ ਜਾਵੇ ਉਦੋਂ ਜਿਹੜੀ ਕਿ PMI ਜਿਹੜੀ ਉਹ ਪ੍ਰੀਟੀ ਮੱਚ ਰਿਮੂਵ ਹੋ ਜਾਂਦੀ ਹੈ ਸਾਰੀ ਜਦੋਂ 22% ਤੱਕ ਐਕੁਇਟੀ ਬਣ ਜਾਏ ਇਨ ਕਨਵੈਨਸ਼ਨਲ ਲੋਨ ਜੇ ਤੁਸੀਂ 20% ਤੋਂ ਘੱਟ ਦਿੰਦੇ ਹੋ ਜੀ ਬਿਲਕੁਲ ਹਾਂਜੀ ਸੋ ਉਦੋਂ ਤੁਹਾਡੀ MI ਲੱਥ ਜਾਂਦੀ ਹੈ ਸੋ ਪ੍ਰੀਟੀ ਮੱਚ ਇਨ ਸਮ ਕੇਸਿਸ MI ਨਹੀਂ ਲੱਥ ਰਹੀਆਂ ਇਨ ਦੈਟ ਕੇਸ ਯੂ ਨੋ ਫਿਰ ਘਰ ਜਿਹੜਾ ਉਹ ਰੀਫਾਈਨਾਂਸ ਕਰਾ ਕੇ ਜਿਹੜੀ MI ਜੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਪਤਾ ਤੁਹਾਡੇ ਕੋਲ ਐਕੁਇਟੀ ਹੈਗੀ ਆ ਸੋ ਯੂ ਨੋ ਆਈ ਇਨਸਿਸਟ ਕਿ ਤੁਸੀਂ ਫਿਰ ਰੀਫਾਈਨਾਂਸ ਦੀ ਆਪਸ਼ਨ ਦੇਖੋ ਕਿਉਂਕਿ ਉਹਦੇ ਨਾਲ ਤੁਸੀਂ MI ਜਿਹੜੀ ਦੇ ਰਹੇ ਹੋ ਪ੍ਰੀਟੀ ਮੱਚ ਉਹ ਤੁਹਾਨੂੰ ਕੋਈ ਫਾਇਦਾ ਨਹੀਂ ਕਰ ਰਹੀ ਜਿਹੜੀ ਤੁਸੀਂ ਮੋਰਗੇਜ ਇੰਸ਼ੋਰੈਂਸ ਦੇ ਰਹੇ ਹੋ ਸੋ ਯੂ ਨੋ ਉਹਦੇ ਵਿੱਚ ਇਹ ਤੁਸੀਂ ਤੇ FHA ਵਿੱਚ ਜਿਹੜਾ ਇੱਦਾਂ ਹੈ ਕਿ ਤੁਸੀਂ ਪ੍ਰੀਟੀ ਮੱਚ ਲੋਨ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਪ੍ਰੀਟੀ ਮੱਚ ਜਿਹੜੀ ਕਿ ਮੋਰਗੇਜ ਇੰਸ਼ੋਰੈਂਸ ਤੁਸੀਂ ਦਓਗੇ ਬਸ ਫਰਕ ਇਹਨਾਂ ਮੋਰਗੇਜ ਇੰਸ਼ੋਰੈਂਸ ਦਾ ਕਨਵੈਨਸ਼ਨਲ ਵਿੱਚ ਜਿਹੜੀ ਮੋਰਗੇਜ ਇੰਸ਼ੋਰੈਂਸ ਆ ਯੂ ਨੋ ਉਹ ਤੁਹਾਡੀ 20% ਐਕੁਇਟੀ ਤੇ ਲੱਥ ਜਾਂਦੀ ਹੈ FHA ਵਿੱਚ ਨਹੀਂ ਲੱਥਦੀ ਤੇ ਨਾਲੇ ਆਫ ਕੋਰਸ ਡਾਊਨ ਪੇਮੈਂਟ ਦਾ ਹੁੰਦਾ ਕਨਵੈਨਸ਼ਨਲ ਦੀ ਮਿਨੀਮਮ ਜਿਹੜੀ ਡਾਊਨ ਪੇਮੈਂਟ ਰਿਕੁਆਇਰਡ ਹੁੰਦੀ ਆ ਉਹ 5% ਆ ਤੇ ਮਿਨੀਮਮ ਇਨ FHA ਇਜ਼ 3.5% ਅੱਛਾ ਤੇ ਅਸੀਂ ਅਖੀਰ ਦੇ ਵਿੱਚ ਜਿਹੜੀ ਗੱਲ ਕਰਨੀ ਚਾਹਾਂਗੇ ਜੀ ਸਰਤਾਜ ਜੀ ਜਾਣਕਾਰੀ ਤੁਹਾਡੇ ਕੋਲ ਲੈਣੀ ਚਾਹਾਂਗੇ ਉਹ ਹੈਗੀ ਆ ਖਰਚਿਆਂ ਦੀ ਕੀ ਖਰਚੇ ਨੇ ਜਿਹੜੇ ਕਿ ਕਈ ਵਾਰੀ ਸਾਡੇ ਮਤਲਬ ਇੱਥੇ ਤਾਂ ਖੈਰ ਨਹੀਂ ਮੈਂ ਸੁਣਿਆ ਨਿਊਯਾਰਕ ਦੇ ਵਿੱਚ ਕੋਈ ਕੇਸ ਹੋਇਆ ਸੀ ਵੀ ਦੱਸਿਆ ਸੀ ਉਹਨਾਂ ਨੂੰ ਵੀ 3-4 ਹਜ਼ਾਰ ਤੁਹਾਡਾ ਖਰਚਾ ਆਉਣਾ ਐਕਸਟਰਾ ਕਲੋਜ਼ਿੰਗ ਦਾ ਨਵੇਂ ਘਰ ਦੀ ਗੱਲ ਕਰਦੇ ਆ ਪਰ ਉਹ ਕਹਿੰਦੇ ਵੀ ਲੱਗਿਆ ਸਾਡਾ 12-13 ਹਜ਼ਾਰ ਇਹਦੇ ਵਿੱਚ ਕੀ ਘੁੰਡੀ ਹੁੰਦੀ ਆ ਜਿਹਦਾ ਦਰਸ਼ਕ ਧਿਆਨ ਰੱਖਣ ਸੋ ਜੀ ਜਿਹੜੀ ਘੁੰਡੀ ਹੁੰਦੀ ਹੈ ਨਾ ਹਰ ਕੇਸ ਟੂ ਕੇਸ ਡਿਫਰੈਂਟ ਹੁੰਦਾ ਆ ਪਰ ਜਿਹੜੇ ਮੇਨ ਕਹਿ ਲਓ ਕਿ ਹਮੇਸ਼ਾ ਕਹਿ ਲਓ ਕਿ ਜੇ ਆਪਾਂ ਨਵੇਂ ਘਰ ਦੇ ਵਿੱਚ ਨਵਾਂ ਘਰ ਲੈ ਰਹੇ ਹਾਂ ਉਹਦੇ ਵਿੱਚ ਜਿਹੜੇ ਤੁਹਾਨੂੰ ਪ੍ਰੀ ਮੱਚ ਲੋਨ ਦੇ ਕਾਸਟ ਹਮੇਸ਼ਾ ਹੋਊਗੀ ਕਿਉਂਕਿ ਹਰ ਘਰ ਦੇ ਉੱਤੇ ਐਸਕਰੋ ਪਊਗੀ ਆ ਜੀ ਹੁਣ ਪ੍ਰੀ ਮੱਚ ਐਸਕਰੋ ਦੀ ਟਾਈਟਲ ਫੀਸ ਆ ਉਹ ਵੀ ਵੈਰੀ ਕਰਦੀ ਆ ਪਰ ਜਦੋਂ ਤੁਸੀਂ ਨਵਾਂ ਘਰ ਲੈ ਰਹੇ ਹੋ ਤੁਸੀਂ ਹਮੇਸ਼ਾ ਪ੍ਰੋਪਰਟੀ ਟੈਕਸ ਤੇ ਇੰਸ਼ੋਰੈਂਸ ਤੇ ਤੁਸੀਂ ਦਓਗੇ ਜੀ ਸੋ ਪ੍ਰੀ ਮੱਚ ਜਦੋਂ ਆਪਾਂ ਪੇਮੈਂਟ ਦੇ ਯੂ ਨੋ ਵਿੱਚ ਉਹਦੇ ਥਰੂ ਆਪਾਂ ਦੇਈ ਜਾਂਦੇ ਆ ਉਹਦੀ ਪ੍ਰੀ ਮੱਚ ਬੈਂਕ ਕੀ ਕਰਦੀ ਹੈ ਤੁਹਾਡੇ ਤੋਂ 6 ਮਹੀਨਿਆਂ ਦੇ ਐਡਵਾਂਸ ਲਓਗੀ ਇਨ ਪ੍ਰੋਪਰਟੀ ਟੈਕਸ ਐਂਡ ਇੰਸ਼ੋਰੈਂਸ ਰਿਜ਼ਰਵ ਕਰੋਗੇ ਕਿ ਤੁਹਾਡੇ ਜਿਹੜਾ ਐਸਕਰੋ ਬੈਲੈਂਸ ਆ ਕਦੀ ਵੀ ਨੈਗੇਟਿਵ ਨਾ ਜਾਵੇ ਕਦੀ ਸ਼ੋਰਟੇਜ ਨਾ ਹੋਵੇ ਜਾਂ ਓਵਰੇਜ ਨਾ ਹੋਵੇ ਰਾਈਟ ਸੋ ਬੈਲੈਂਸ ਮੇਨਟੇਨ ਕਰਨ ਲਈ ਇੱਦਾਂ ਰੱਖਦੀ ਪਰ ਹਰ ਕੇਸ ਟੂ ਕੇਸ ਜਿਹੜਾ ਕਿ ਕਹਿ ਲਓ ਕਲੋਜ਼ਿੰਗ ਕਾਸਟ ਕਹਿ ਲਓ ਇਟ ਆਲਵੇਜ਼ ਵੈਰੀਜ਼ ਇਟਸ ਆਲਵੇਜ਼ ਡਿਫਰੈਂਟ ਯੂ ਨੋ ਐਵਰੀ ਫਾਈਲ ਇਜ਼ ਨਾਟ ਦ ਸੇਮ ਜੀ ਬਿਲਕੁਲ ਜੀ ਬਹੁਤ ਵਧੀਆ ਜਾਣਕਾਰੀ ਸਰਤਾਜ ਜੀ ਤੁਸੀਂ ਦਿੱਤੀ ਆ ਜ਼ਰੂਰ ਸਾਡੇ ਦਰਸ਼ਕ ਤੁਹਾਨੂੰ ਸੰਪਰਕ ਕਰਨਗੇ ਅਤੇ ਫਾਇਦਾ ਲੈਣਗੇ ਘੱਟੋ ਘੱਟ ਜਿਹੜਾ ਲੋ ਇੰਟਰਸਟ ਰੇਟ ਹੈਗਾ ਅਤੇ ਜਾਂ
ਘਰਾਂ ਦੀ ਕੀਮਤ ਜਿਹੜੀ ਵੱਧ ਰਹੀ ਹੈ ਉਹਦਾ ਫਾਇਦਾ ਜ਼ਰੂਰ ਲੈਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜੀ ਮਿਹਰਬਾਨੀ ਜੀ। ਸਰਤਾਜ ਸਿੰਘ ਜੀ ਸਾਡੇ ਨਾਲ ਜੁੜੇ ਸੀਗੇ ਜੀ, ਜ਼ੈਂਡਰ ਮੌਰਗੇਜ ਤੋਂ। ਬਹੁਤ ਵਧੀਆ ਗੱਲਬਾਤ ਹੋਈ, ਬਹੁਤ ਵਧੀਆ ਜਾਣਕਾਰੀ ਇਹਨਾਂ ਦਿੱਤੀ। ਮੋਹਨ ਸਿੰਘ ਚੀਮਾ ਜੀ ਵੀ ਅਕਸਰ ਜੁੜਦੇ ਨੇ, ਹੁਣ ਇਹਨਾਂ ਦੇ ਅਸੀਂ ਕੋਈ ਨਾ ਕੋਈ ਟੀਮ ਮੈਂਬਰ ਹਰ ਹਫ਼ਤੇ ਤੁਹਾਡੇ ਰੂਬਰੂ ਕਰਿਆ ਕਰਾਂਗੇ, ਜਾਣਕਾਰੀ ਵੱਖਰੀ ਵੱਖਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ। ਅਤੇ ਉਮੀਦ ਕਰਦੇ ਹਾਂ ਜੀ ਅੱਜ ਦੀ ਜਾਣਕਾਰੀ ਜਿਹੜੀ ਉਹ ਵਧੀਆ ਲੱਗੀ ਹੋਏਗੀ, ਅਤੇ ਨਵੀਂ ਜਾਣਕਾਰੀ ਜਿਹੜੀ ਹੈ ਉਹ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਹ ਪ੍ਰੋਗਰਾਮ ਦਾ ਰਿਪੀਟ ਟੈਲੀਕਾਸਟ ਜਿਹੜਾ ਤੁਸੀਂ ਰਾਤੀ 9 ਵਜੇ ਜਸ ਪੰਜਾਬੀ 'ਤੇ, ਪੈਸੀਫਿਕ ਟਾਈਮ ਦੀ ਗੱਲ ਕਰਦਾ, ਰਾਤੀ 9 ਵਜੇ ਜਸ ਪੰਜਾਬੀ 'ਤੇ ਦੇਖਦੇ ਹੋ ਅਤੇ ਜਾਣਕਾਰੀ ਉਦੋਂ ਵੀ ਲੈ ਸਕਦੇ ਹੋ। ਕਾਲ ਕਰਨ ਵਾਸਤੇ ਨੰਬਰ ਇਹਨਾਂ ਸਕਰੀਨ 'ਤੇ ਆ ਰਹੇ ਸੀ, ਜੇ ਫਿਰ ਵੀ ਨੰਬਰ ਤੁਹਾਡੇ ਕੋਲ ਮਿਸਪਲੇਸ ਹੋ ਜਾਏ ਤਾਂ ਮੇਰੇ ਕੋਲੋਂ ਨੰਬਰ ਇਹਨਾਂ ਦਾ ਜਦੋਂ ਮਰਜ਼ੀ ਲੈ ਸਕਦੇ ਹੋ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ।